ਹਾਂਜੀ, ਜੇਕਰ ਬਾਈ ਜੀ ਮੈਚ ਚੱਲਦੇ ਚੱਲਦੇ ਮੰਜੂ ਕੇ ਤੇ ਵੱਡਾ ਘਰ ਨਾ ਆਏ ਤਾਂ ਦੋਨੇ ਟੀਮਾਂ ਨੂੰ ਸਕ੍ਰੈਚ ਕਰ ਦੇਵਾਂਗੇ। ਇਹ ਮੇਰੇ ਖਿਡਾਰੀ ਵੀ ਨੋਟ ਕਰ ਲਓ, ਜੇਕਰ ਮੁਕਾਬਲਾ ਚੱਲਦੇ ਚੱਲਦੇ ਮੰਜੂ ਕੇ ਤੇ ਵੱਡਾ ਘਰ ਨਾ ਆਏ ਤਾਂ ਦੋਨੇ ਟੀਮਾਂ ਜਿਹੜੀਆਂ ਸਕ੍ਰੈਚ ਕਰ ਦਿੱਤੀਆਂ ਜਾਣਗੀਆਂ। ਜੇ ਰਸੀਵ ਹੀ ਨਾ ਆਇਆ ਤਾਂ ਉਹਨੂੰ ਵੀ ਸਕ੍ਰੈਚ ਕਰ ਦੀ। ਠੀਕ ਹੈ ਵੀਰੇ, ਰੋਡੇ ਤੇ ਰਸੀਵ ਖੁਰਦ ਵੀ ਜਲਦੀ ਪਹੁੰਚੋ। ਲਓ ਜੀ ਬਾਈ ਰਾਜ, ਨੋਟ ਕਰ ਲਓ ਵੀਰ ਜੀ, ਜੜਸਰ ਸੌਰ ਦੀ ਟੀਮ ਜ਼ਿਲ੍ਹਾ ਬਰਨਾਲਾ ਖੇਤਾਂ ਵਾਲੇ ਪਾਸੇ ਜੀ, ਘੋਲੀਆ ਕਲਾਂ ਦੀ ਟੀਮ ਗੁਰਦੁਆਰਾ ਸਾਹਿਬ ਦੀ ਗੇਟ ਵਾਲੇ ਪਾਸੇ ਆ। ਦਰਸ਼ਕ ਕਰੋ ਜੀ ਬਾਈ ਜੀ ਸਾਡਾ ਨੋਟ, ਘੋਲੀਏ ਕਲਾਂ ਦੀ ਟੀਮ ਆ ਗਈ ਆ ਗੁਰਦੁਆਰਾ ਸਾਹਿਬ ਵਾਲੇ ਪਾਸੇ ਗੇਟ ਵਾਲੀ ਸਾਈਡ ਤੇ ਖੇਤਾਂ ਵਾਲੇ ਪਾਸੇ ਮੇਰੇ ਵੀਰਿਓ ਨਹਿਰ ਵਾਲੇ ਪਾਸੇ ਜੜਸਰ ਸੌਰ ਦੀ ਟੀਮ ਖੇਡੇਗੀ। ਆ ਗਿਆ ਦੁਨੀਆ ਦਾ ਮਹਾਨ ਖਿਡਾਰੀ ਮੁਰਲੀ ਜੜਸਰ ਦਾ ਤੇ ਗੱਗੂ ਵਰਗੀ ਮੇਰੇ ਵੀਰਿਓ ਨਾਲ ਆ ਗਿਆ ਮੇਰੇ ਵੀਰਿਓ ਦੁਨੀਆ ਦਾ ਮਹਾਨ ਜਾਫੀ ਬਿੰਦਰ। ਰੋਡਿਆਂ ਨੂੰ ਆਵਾਜ਼ ਮਾਰ ਲਾ, ਰਸੀ ਖੁਰਦ ਵਾਲੇ ਆ ਗਏ ਆ, ਆ ਜਾਓ ਜਲਦੀ ਲੀੜੇ ਲਾ ਕੇ ਬਾਈ। ਵੀਹ ਕਬੱਡੀਆਂ ਪੈਣਗੀਆਂ ਰਾਜਵੀਰੇ, 20:30 ਤੇ 21 ਤੇ ਜਿੱਤ ਹਾਰ ਦੇ ਫੈਸਲੇ ਹੋਣਗੇ ਜੀ। ਬਹੁਤ ਬਹੁਤ ਧੰਨਵਾਦ। 20 ਕਬੱਡੀਆਂ ਪੈਣਗੀਆਂ, 20:30 ਤੇ 21 ਪੁਆਇੰਟਾਂ ਤੇ ਜਿੱਤ ਹਾਰ ਦੇ ਫੈਸਲੇ ਹੋਣਗੇ। ਸਾਡਾ ਵੀਰ ਬਾਈ ਆਪਣੇ ਸਮੇਂ ਦਾ ਕਬੱਡੀ ਦਾ ਪ੍ਰਸਿੱਧ ਖਿਡਾਰੀ ਮੇਰਾ ਵੀਰ ਬੰਟੀ ਡਾਲਾ ਹੁਣੇ ਹੁਣੇ ਸਾਡੇ ਦਰਮਿਆਨ ਪਹੁੰਚੇ ਨੇ, ਜੀ ਆਖਾਂਗੇ। ਲਓ ਜੀ ਮੁਕਾਬਲਾ ਸ਼ੁਰੂ ਹੋਇਆ ਤੇ ਜੁੜੀ ਆਪਾਂ ਖੇਡ ਮੈਦਾਨ ਦੇ ਨਾਲ। ਰਸੀ ਗੁਰਦ ਦੇ ਰੋਡਾਂ ਨੂੰ ਆਵਾਜ਼ ਮਾਰ ਲਾ, ਰਸੀ ਗੁਰਦ ਵਾਲੇ ਆ ਗਏ, ਉਹਨਾਂ ਨੂੰ ਬੁਲਾ ਲਾ, ਉਹਨੇ ਸਾਡਾ ਹੀ ਮੈਚ ਇਹ ਤੋਂ ਬਾਅਦ ਹੀ ਕਰਾ ਦਿਓ। ਹਾਂਜੀ, ਘੋਲੀਏ ਕਲਾਂ ਦੀ ਟੀਮ ਖੇਤਾਂ ਵਾਲੇ ਪਾਸੇ ਆ ਗਏ ਜੀ, ਸਾਈਡਾਂ ਚੇਂਜ ਹੋ ਗਈਆਂ ਨੇ। ਘੋਲੀਆ ਕਲਾਂ ਖੇਤਾਂ ਵਾਲੇ ਪਾਸੇ ਆ ਗਈ ਆ, ਜੜਸਰ ਸੌਰ ਦੀ ਟੀਮ ਇੱਧਰ ਗੁਰਦੁਆਰਾ ਸਾਹਿਬ ਵਾਲੇ ਪਾਸੇ। ਲਓ ਇਸ ਵੇਲੇ ਭੋਲਾ ਆਖਦੇ ਵੀ ਘੋਲੀਏ ਵਾਲਾ ਪਾ ਕਬੱਡੀ ਨੰਬਰ ਜਿਹੜਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ, ਪਹਿਲਾ ਡੇਢ ਨੰਬਰ ਮੇਰੇ ਵੀਰੋ ਘੋਲੀਏ ਕਲਾਂ ਦੀ ਟੀਮ ਦੇ ਸੇ ਜੋੜਦਾ ਹੋਇਆ। ਲਓ ਗੱਗੂ ਆਖਦੇ ਆ, ਇੱਕ ਹਿੰਮਤਪੁਰੇ ਵਾਲਾ ਮੇਰੇ ਵੀਰੋ ਕਬੱਡੀ ਦਾ ਪ੍ਰਸਿੱਧ ਖਿਡਾਰੀ, ਇੱਕ ਆਹ ਨੌਜਵਾਨ ਗੱਗੂ ਬਰਨਾਲੇ ਜ਼ਿਲ੍ਹੇ ਦਾ ਜੜਸਰ ਸੌਰ ਦਾ ਕਬੱਡੀ ਪਾਉਂਦਾ ਹੋਇਆ, ਚਟਾਨਾ ਵਰਗੇ ਸਰਕਾਰੀ ਸਕੂਲ ਤੇ ਥੰਮਾਂ ਵਰਗੇ ਜਾਫੀ। ਲਓ ਇੱਕ ਕੰਨੀ ਤੇ ਗੁਰਵਿੰਦਰ ਤੇ ਦੂਸਰੀ ਕੰਨੀ ਤੇ ਮੇਰੇ ਵੀਰੋ ਦਵਿੰਦਰ। ਲਓ ਮੁਕਾਬਲਾ ਜਿਹੜਾ ਇਸ ਵੇਲੇ ਗੁਰਿੰਦਰ ਦੇ ਨਾਲ ਹੋਇਆ, ਪਰ ਪੁਆਇੰਟ ਜਿਹੜਾ ਇਸ ਵੇਲੇ ਗੱਗੂ ਜੜਸਰ ਦਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ, ਪੁਆਇੰਟ ਮੇਰੇ ਵੀਰੋ ਜੜਸਰ ਸੌਰ ਦੀ ਟੀਮ ਦੇ ਸੇ ਜੋੜਦਾ ਹੋਇਆ। ਪਾ ਵੀ ਨੌਜਵਾਨਾਂ ਰੇਡ। ਲਓ ਸਾਹਮਣੇ ਭੋਲਾ ਇਸ ਵੇਲੇ ਘੋਲੀਏ ਵਾਲਾ ਕਬੱਡੀ ਪਾਉਂਦਾ ਹੋਇਆ, ਇੱਕ ਕੰਨੀ ਤੇ ਮੇਜਰ ਝਨੇਰ ਵਾਲਾ, ਆਹ ਖਿਡਾਰੀ ਦਾ ਪਿੰਡ ਝਨੇਰ ਆ ਦਲਬਰ, ਬਹੁਤ ਤਕੜਾ ਖੇਡਿਆ ਇਸ ਪਿੰਡ ਦਾ ਮੇਰੇ ਵੀਰੋ। ਲਓ ਨਹੀਂ ਡੱਕ ਸਕਿਆ ਤੇ ਪਿੰਡ ਜਿਹੜਾ ਭੋਲਾ ਘੋਲੀਏ ਦਾ ਪਾ ਕਬੱਡੀ ਆਪਣੀ ਟੀਮ ਦੇ ਸੇ ਜੋੜਦਾ ਹੋਇਆ। ਚੱਕੀ ਦੇ ਪੜ ਵਰਗੀ ਛਾਤੀ, ਮੁਦਗਰਾਂ ਵਰਗੇ ਪੱਟ, ਗੇਲੀਆਂ ਵਰਗੇ ਡੌਲੇ। ਲਓ ਮੁਰਲੀ ਆਖਦੇ ਵੀ ਇਸ ਵੇਲੇ ਜੜਸਰ ਸੌਰ ਦਾ ਮੇਰੇ ਵੀਰੋ, ਇਸ ਨੌਜਵਾਨ ਨੇ ਮੁਦਗੀ ਦੇ ਵਿੱਚ ਚੈਂਪੀਅਨਸ਼ਿਪ ਦੇ ਵਿੱਚ ਵੀ ਬਹੁਤ ਤਕੜੀਆਂ ਕਬੱਡੀਆਂ ਪਾਈਆਂ ਮੇਰੇ ਵੀਰੋ। ਲਓ ਸਾਹਮਣੇ ਮੁਰਲੀ ਇਸ ਵੇਲੇ ਸੌਰ ਵਾਲਾ ਕਬੱਡੀ ਪਾਉਂਦਾ ਹੋਇਆ, ਕੀ ਫੈਸਲਾ ਰੁਪਿੰਦਰ ਸਦੌੜ ਦਾ ਕਰਦਾ ਫੈਸਲਾ, ਵੀ ਪੁਆਇੰਟ ਜਿਹੜਾ ਧਾਵੀ ਦੇ ਸੇ ਨੰਬਰ ਮੇਰੇ ਵੀਰੋ ਜੜਸਰ ਸੌਰ ਦੀ ਟੀਮ ਦੇ ਸੇ ਜੁੜਦਾ ਹੋਇਆ। ਵਾਹ ਇਹ ਨੌਜਵਾਨਾਂ ਕਿ ਕਬੱਡੀ ਦਾ ਜਨਮ ਪੰਜਾਬ ਦੇ ਵਿੱਚ ਹੋਇਆ, ਗੁੜਤੀ ਦਿੱਤੀ ਉਹਨੂੰ ਪੰਜਾਂ ਪਾਣੀਆਂ ਨੇ, ਵਧਣ ਫੁੱਲਣ ਲਈ ਪੰਜਾਬ ਦੀ ਗੋਦ ਮਿਲ ਗਈ, ਪਾਲਿਆ ਪਲੋਸਿਆ ਪੰਜਾਬੀ ਸਵਾਣੀਆਂ ਨੇ, ਕਬੱਡੀ ਤੇ ਜੋ ਬਣਿਆ ਚੜਿਆ, ਪੈਂਦੀਆਂ ਦੇਸ਼ ਵਿਦੇਸ਼ ਵਿੱਚ ਕਹਾਣੀਆਂ ਨੇ, ਕਬੱਡੀ ਤੇ ਜੋ ਬਣਿਆ ਚੜਿਆ। ਲਓ ਮੇਰੇ ਵੀਰੋ
ਇਸ ਵੇਲੇ ਭੋਲਾ ਘੋਲੀਏ ਵਾਲਾ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਸੇ ਜੋੜਦਾ ਹੋਇਆ। ਲਓ ਇਸ ਵੇਲੇ ਨੌਜਵਾਨ ਮੇਰੇ ਵੀਰੋ ਗੱਗੂ ਕਬੱਡੀ ਪਾਉਂਦਾ ਹੋਇਆ ਜੰਡ ਸਾਹਿਬ ਸਹੌਰ ਦੀ ਧਰਤੀ ਦਾ ਮਾਣ ਕਮੋਤੀ। ਲਓ ਮੇਰੇ ਵੀਰੋ ਬਰਨਾਲੇ ਜ਼ਿਲ੍ਹੇ ਦਾ ਖਿਡਾਰੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਦੂਸਰੇ ਪਾਸੇ ਜਾਫੀਆਂ ਦੀ ਕਤਾਰ ਦੇ ਵਿੱਚੋਂ ਗੁਰਵਿੰਦਰ ਸਿੰਘ ਆਖਦੇ ਮੇਰੇ ਵੀਰੋ ਇੱਕ ਕਾਲਮਾਂ ਵਾਲਾ ਤੇ ਕਾਹ ਨੌਜਵਾਨ ਘੋਲੀਏ ਵਾਲਾ। ਲਓ ਨੰਬਰ ਜਿਹੜਾ ਇਸ ਵੇਲੇ ਗੱਗੂ ਸਹੌਰ ਵਾਲਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਨੰਬਰ ਮੇਰੇ ਵੀਰੋ ਜਨਸਰ ਸਹੌਰ ਦੀ ਟੀਮ ਦੇ ਸੇ ਜੋੜਦਾ ਹੋਇਆ ਪਾ ਵੀ ਨੌਜਵਾਨਾਂ ਰੇਡ। ਲਓ ਅਗਲੀ ਕਬੱਡੀ ਭੋਲਾ ਮੇਰੇ ਵੀਰੋ ਇੱਕ ਭੋਲਾ ਚੇਤ ਸਿੰਘ ਵਾਲੇ ਦਾ ਹੋਇਆ ਮੇਰੇ ਵੀਰੋ ਪੁਰਾਣਾ ਖਿਡਾਰੀ ਉਹਨੇ ਵੀ ਬਹੁਤ ਤਗੜੀ ਕਬੱਡੀ ਖੇਡੀ ਆ। ਲਓ ਸਾਹਮਣੇ ਭੋਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਤੇ ਦੂਸਰੇ ਪਾਸੇ ਅਮਨ ਆਖਦੇ ਵੀ ਇਸ ਵੇਲੇ ਬਹੁਤ ਤਗੜਾ ਜੱਫਾ ਲਾਉਂਦਾ ਹੋਇਆ ਅਮਨ ਮੇਰੇ ਵੀਰੋ ਸਹੌਰ ਵਾਲਾ ਇੱਕ ਅਮਨ ਕੁੰਡੀ ਮੇਰੇ ਵੀਰੋ ਸ਼ਾਹਕੋਟ ਦਾ ਇੱਕ ਅਮਨ ਪਾਤਰਾ ਵਾਲਾ ਕਬੱਡੀ ਦਾ ਪ੍ਰਸਿੱਧ ਖਿਡਾਰੀ ਤੇ ਆਹ ਨੌਜਵਾਨ ਅਮਨ ਇਸ ਵੇਲੇ ਬਹੁਤ ਤਗੜਾ ਜੱਫਾ ਲਾਉਂਦਾ ਹੋਇਆ ਪੁਆਇੰਟ ਮੇਰੇ ਵੀਰੋ ਜੰਡ ਸਰ ਸਹੌਰ ਦੀ ਟੀਮ ਦੇ ਸੇ ਜੁੜਦਾ ਹੋਇਆ। ਲਓ ਮੌਲੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਆਹ ਖਿਡਾਰੀ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਸਾਡਾ ਵੀਰ ਬੀਲਾ ਗੁੱਜਰਵਾਲ ਵਾਲਾ ਤੇ ਦੂਸਰੇ ਪਾਸੇ ਰੁਪਿੰਦਰ ਸਦੌੜ ਦਾ ਕਰਦਾ ਫੈਸਲਾ। ਲਓ ਮੁਕਾਬਲਾ ਦੋਨਾਂ ਖਿਡਾਰੀਆਂ ਦੇ ਦਰਮਿਆਨ ਇੱਕ ਪਾਸੇ ਮੇਰੇ ਵੀਰੋ ਕਾਲਾ ਵੀ ਘੋਲੀ ਵਾਲਾ ਆਖਦੇ ਇਸ ਵੇਲੇ ਭਰੀਆਂ ਹੋਈਆਂ ਬਗਲਾਂ ਸਾਹਮਣੇ ਮੈਦਾਨ ਦੇ ਵਿੱਚ ਬਹੁਤ ਤਗੜਾ ਜੱਫਾ ਲਾਉਂਦਾ ਹੋਇਆ ਆਹ ਨੌਜਵਾਨ ਕਾਲਾ ਘੋਲੀਏ ਵਾਲਾ ਮੇਰੇ ਵੀਰੋ ਜਿਹਨੇ ਹੁਣ ਜੱਫਾ ਲਾਇਆ ਤੇ ਪੁਆਇੰਟ ਜਿਹੜਾ ਘੋਲੀਏ ਦੀ ਟੀਮ ਦੇ ਸੇ ਜੁੜਦਾ ਹੋਇਆ। ਨਾਲ ਹੀ ਬੇਨਤੀ ਕਬੱਡੀ ਓਪਨ। ਹਾਂਜੀ ਹਲਕੀ ਜਿਹੀ ਚੋਟ ਲੱਗੀ ਬਾਈ ਬਖਤੌਰ ਡਾਕਟਰ ਸਾਹਿਬ ਜੀ ਜੇ ਹੈਗੇ ਤਾਂ ਪਲੀਜ਼ ਫਾਸਟ ਏਡ ਦੀਆਂ ਸਾਵਾਂ ਦੇਣ ਦੇ ਲਈ ਗਰਾਊਂਡ ਦੇ ਵਿੱਚ ਪਹੁੰਚਣ। ਪੱਟੀ ਜੇ ਹੈਗੀ ਤਾਂ ਬਖਤੌਰ ਹਾਂਜੀ ਸਰਦਾਰ ਸੂਬਾ ਸਿੰਘ ਜੀ ਸਰਪੰਚ ਜੀ ਡਾਕਟਰ ਸਾਹਿਬ ਦੀ ਜ਼ਰੂਰ ਆਪਾਂ ਡਿਊਟੀ ਲਾਈਏ ਵੀਰ ਜੀ ਡਾਕਟਰ ਸਾਹਿਬ ਬੁਲਾਓ ਜੀ ਕਿਉਂਕਿ ਕਈ ਵਾਰੀ ਖਿਡਾਰੀ ਦੇ ਛੋਟੀ ਮੋਟੀ ਚੋਟ ਲੱਗ ਜਾਂਦੀ ਫਾਸਟ ਏਡ ਦੀਆਂ ਜਿਹੜੀਆਂ ਸਵਾਵਾਂ ਨੇ ਉਹ ਬੜੀਆਂ ਜ਼ਰੂਰੀ ਨੇ। ਲਓ ਮੇਰੇ ਵੀਰੋ ਇਸ ਵੇਲੇ ਗੱਗੂ ਕਬੱਡੀ ਪਾਉਂਦਾ ਹੋਇਆ ਨਾਲ ਹੀ ਬੇਨਤੀ ਕਰਦੇ ਕਬੱਡੀ ਓਪਨ ਕਲੱਬ ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਜਲਦੀ ਤੋਂ ਜਲਦੀ ਸਾਰੇ ਖਿਡਾਰੀ ਵੀਰ ਆਪਾਂ ਆਪਣੀਆਂ ਟੀਮਾਂ ਦੇ ਨਾਲ ਐਂਟਰ ਕਰਵਾਓ। ਲਓ ਮੇਰੇ ਵੀਰੋ ਗੱਗੂ ਇਸ ਵੇਲੇ ਪਿਆਰ ਦੇ ਨਾਲ ਬਿੱਲਾ ਆਖਦੇ ਇਸ ਖਿਡਾਰੀ ਨੂੰ ਬਰਨਾਲੇ ਜ਼ਿਲ੍ਹੇ ਦਾ ਇਸ ਵੇਲੇ ਗੱਗੂ ਪਾ ਕਬੱਡੀ ਨੰਬਰ ਜਿਹੜਾ ਜਾਨਸਰ ਸਹੌਰ ਦੀ ਟੀਮ ਦੇ ਸੀ ਜੋੜਦਾ ਹੋਇਆ ਪਾ ਵੀ ਨੌਜਵਾਨਾਂ ਰੇਡ। ਲਓ ਭੋਲਾ ਮੇਰੇ ਵੀਰੋ ਘੋਲੀਏ ਵਾਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਵਾਹ ਨੌਜਵਾਨਾਂ। ਲਓ ਆ ਗਿਆ ਕਬੱਡੀ ਪਾਉਣ ਭੋਲਾ। ਲਓ ਬੀਲੇਵਾਲ ਦੀ ਧਰਤੀ ਦਾ ਬੀਲਾ ਗੁੱਜਰਵਾਲ ਦਾ ਮੇਰੇ ਵੀਰੋ ਇਹ ਵੀ ਨੌਜਵਾਨ ਕੈਨੇਡਾ ਦੀ ਧਰਤੀ ਤੇ ਖੇਡ ਆਇਆ ਬਹੁਤ ਤਕੜਾ ਖਿਡਾਰੀ ਹੋਇਆ ਆਪਣੇ ਸਮੇਂ ਦਾ। ਲਓ ਨੰਬਰ ਜਿਹੜਾ ਇਸ ਵੇਲੇ ਬੀਲਾ ਦੱਸਦਾ ਵੀ ਗੁੱਜਰਵਾਲ ਦਾ ਪੁਆਇੰਟ ਜਿਹੜਾ ਮੇਰੇ ਵੀਰੋ ਘੋਲੀਏ ਕਲਾਂ ਦੀ ਟੀਮ ਦੇ ਸੇ ਜੁੜਦਾ ਹੋਇਆ ਅਗਲਾ ਮੈਚ ਬਾਈ ਜੀ ਬੇਨਤੀ ਕਰਦੇ ਰਸੀਖ ਔਰ ਤੇ ਰੋਡੇ ਗਰਾਊਂਡ 'ਚ ਆ ਜਾਓ ਖਿਡਾਰੀ ਵੀਰੋ ਸੀਖ ਔਰ ਤੇ ਰੋਡੇ ਮੰਜੂ ਕਿਤੇ ਵੱਡਾ ਘਰ ਆਓ ਮੇਰੇ ਮਿੱਤਰੋ ਮੈਦਾਨੇ ਨਿੱਤਰੋ। ਲਓ ਜੀ ਇਸ ਵੇਲੇ ਗੱਗੂ ਕਬੱਡੀ ਪਾਉਂਦਾ ਹੋਇਆ ਗੱਬਰ ਜੀ ਥੋੜ੍ਹੀ ਜਿਹੀ ਬੋਲਮ ਦਿਓ ਜੀ ਬਹੁਤ ਮਿੱਠੀ ਆਵਾਜ਼ ਦਿੱਤੀ ਆ ਮੈਦਾਨ ਨੂੰ ਮੇਰੇ ਵੀਰੋ। ਲਓ ਜੀ ਸਾਹਮਣੇ ਗੱਗੂ ਇੱਕ ਪਾਸੇ ਗੁਰਵਿੰਦਰ ਸਿੰਘ ਆਖਦੇ ਆ ਲਓ ਭਰੀਆਂ ਬਗਲਾਂ ਪਰ ਬਹੁਤ ਤਗੜਾ ਮੇਰੇ ਵੀਰੋ ਪੁਆਇੰਟ ਜਿਹੜਾ ਇਸ ਵੇਲੇ ਗੱਗੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪੁਆਇੰਟ ਜਾਨਸਰ ਸਹੌਰ ਦੀ ਟੀਮ ਦੇ ਸੇ ਜੋੜਦਾ ਹੋਇਆ 30 ਸਕਿੰਟ ਦੇ ਰੋਟਰ ਲੱਗਿਆ ਖਿਡਾਰੀ ਵੀਰੋ ਲਛਮਣ ਕੱਲਾ ਵਾਲਾ ਬੈਠਾ 30 ਸਕਿੰਟ ਦਾ ਸਮਾਂ ਲੱਗਿਆ 20-20 ਕਬੱਡੀਆਂ ਜਿਹੜੀਆਂ ਪੈਰੀਆਂ ਮੇਰੇ ਵੀਰੋ 20:30 ਤੇ 21 ਤੇ ਜਿੱਤ ਹਾਰ ਦੇ ਫੈਸਲੇ ਹੋਣੇ ਆ ਬੰਟੀ ਡਾਲੇ ਵਾਲਿਆਂ ਨੌਜਵਾਨਾਂ
ਇਧਰਲੇ ਪਾਸੇ ਵੀ ਭੋਲਾ ਕਬੱਡੀ ਪਾਉਂਦਾ ਹੋਇਆ ਤੇ ਸਾਹਮਣੇ ਇਸ ਵੇਲੇ ਬਹੁਤ ਤਕੜਾ ਜੱਫਾ ਲਾਉਂਦਾ ਤੋਤਾ ਸਿੰਘ ਆਖਦੇ ਵੀ ਇਸ ਵੇਲੇ ਸਹੌਰ ਵਾਲਾ ਬਹੁਤ ਤਕੜਾ ਜੱਫਾ ਲਾਉਂਦਾ ਹੋਇਆ ਮੈਦਾਨ ਦੇ ਵਿੱਚ ਮੇਰੇ ਵੀਰੋ ਤੇ ਪੈਣ ਜਿਹੜਾ ਜਾਣਸਰ ਸਹੌਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਪਾ ਵੀ ਨੌਜਵਾਨਾਂ ਰੇਡ ਕੇ ਪਾ ਕੇ ਰੇਡ ਗੋਲੀ ਦੇ ਵਾਂਗ ਨਿਕਲੇ ਜਿਵੇਂ ਬੇਲੇ ਚੋਂ ਨਿਕਲਦਾ ਸ਼ੇਰ ਮੀਆਂ ਵੇਖਿਆ ਉੜਦਾ ਹਵਾ ਵਿੱਚ ਉਸ ਨੂੰ ਨਿਕਲ ਜਾਵੇ ਜੇ ਕਬੇਰ ਮੀਆਂ ਤਕੜਾ ਬਾਨਾ ਹੋਵੇ ਜੇ ਖਿਡਾਰੀ ਦਿਲ ਹੋਣਾ ਚਾਹੀਦਾ ਬਹੁਤ ਦਲੇਰ ਮੀਆਂ ਆਓ ਮੇਰੇ ਵੀਰੋ ਹੌਸਲੇ ਦੇ ਨਾਲ ਕਬੱਡੀ ਖੇਡੀ ਜਾਂਦੀ ਆ ਮੇਰੇ ਵੀਰੋ ਖਿਡਾਰੀ ਦਾ ਦਿਲ ਬਹੁਤ ਵੱਡਾ ਹੋਣਾ ਚਾਹੀਦਾ ਲਓ ਚਟਾਨਾ ਵਰਗੇ ਸਾਹਮਣੇ ਜਾਫੀ ਚੀਨ ਦੀ ਕੰਧ ਵਰਗੇ ਲਓ ਮੁਕਾਬਲਾ ਮੇਰੇ ਵੀਰੋ ਹੋਇਆ ਇਸ ਵੇਲੇ ਦਵਿੰਦਰ ਦੇ ਨਾਲ ਘੋਲੀਏ ਵਾਲੀ ਦੇ ਨਾਲ ਪਰ ਪੁਆਇੰਟ ਜਿਹੜਾ ਗੱਗੂ ਚੜਸਰ ਸਹੌਰ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਜੋੜਦਾ ਹੋਇਆ ਕਿ ਗੋਲ ਜਿਹਾ ਦਾਇਰਾ ਵਿੱਚ ਹੰਦੇ ਦੋ ਦਸਤੇ ਚੜ ਜਾਂਦਾ ਚਾਹ ਜਦੋਂ ਖਿਡਾਰੀ ਵਿੱਚ ਦਸਤੇ ਜਾਵਾਂ ਮੈਂ ਬਲਹਾਰੇ ਜੀ ਨੇ ਕਾਢੇ ਦੀ ਕੱਢੀ ਆ ਖਿੜਨੀ ਕਬੱਡੀ ਯਾਰੋ ਖਿੜਨੀ ਕਬੱਡੀ ਆ ਲਓ ਮੈਦਾਨ ਦੇ ਵਿੱਚ ਵੇਖਦੇ ਵੀ ਇੱਕ ਪਾਸੇ ਇਸ ਵੇਲੇ ਮੇਜਰ ਮੇਰੇ ਵੀਰੋ ਬਹੁਤ ਤਕੜਾ ਝਨੇਰ ਵਾਲਾ ਮੇਜਰ ਜੱਫਾ ਲਾਉਂਦਾ ਹੋਇਆ ਇੱਕ ਪਾਸੇ ਨੌਜਵਾਨ ਗੁਰਵਿੰਦਰ ਕਬੱਡੀ ਪਾਉਂਦਾ ਪਰ ਨੰਬਰ ਜਿਹੜਾ ਮੇਜਰ ਝਨੇਰ ਵਾਲਾ ਇਸ ਵੇਲੇ ਜਾਣਸਰ ਸਹੌਰ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਹਦੇ ਪਿੰਡ ਦਾ ਖਿਡਾਰੀ ਹੋਇਆ ਦਲਬਰ ਝਨੇਰ ਮੇਰੇ ਵੀਰੋ 1999 ਦੇ ਵਿੱਚ ਕਰਮੇ ਚੱਕਰ ਦੇ ਨਾਲ ਪਾਕਿਸਤਾਨ ਦੀ ਧਰਤੀ ਖੇਡਿਆ ਕੌਡ ਵਾਲੇ ਫੌਜੀ ਦਾ ਮੇਰੇ ਨਾ ਵੀਰੋ ਉਹਦੇ ਨਾਲ ਬਹੁਤ ਤਕੜਾ ਖੇਡਿਆ ਮੇਜਰ ਗਾਲਖ ਦੀ ਚਾਹੇ ਆਪਾਂ ਗੱਲ ਕਰ ਲਈਏ ਤੇ ਚਾਹੇ ਦਲਬਰ ਝਨੇਰ ਦੀ ਗੱਲ ਕਰ ਲਈਏ ਮੇਰੇ ਵੀਰੋ ਦੁਨੀਆ ਦੇ ਮਹਾਨ ਖਿਡਾਰੀਆਂ ਦਾ ਇਲਾਕਾ ਹੈ ਰਾਏਕੋਟ ਦਾ ਏਰੀਆ ਲਓ ਪੁਆਇੰਟ ਜਿਹੜਾ ਮੇਰੇ ਵੀਰੋ ਇਸ ਵੇਲੇ ਮੁਰਲੀ ਜੜਸਰ ਸਹੌਰ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਭੋਲਾ ਇਸ ਵੇਲੇ ਘੋਲੀਏ ਵਾਲਾ ਕਬੱਡੀ ਪਾਉਂਦਾ ਹੋਇਆ ਚਾਰ ਜਾਫੀਆਂ ਨੂੰ ਦਹਾੜਦਾ ਹੋਇਆ ਇਸ ਵੇਲੇ ਵਧਿਆ ਕਬੱਡੀ ਪਾਉਣ ਦੇ ਲਈ ਉੜਦੀ ਹੋਈ ਮਾਂ ਮਿੱਟੀ ਦੀ ਧੂੜ ਸਾਹਮਣੇ ਵੇਖਦੇ ਵੀ ਮੈਦਾਨ ਦੇ ਵਿੱਚ ਮੇਰੇ ਵੀਰੋ ਇੱਕ ਪਾਸੇ ਨੌਜਵਾਨ ਲਾਉਂਦਾ ਹੋਇਆ ਜੋਰ ਅਮਨ ਪਰ ਪੈਰ ਜਿਹੜਾ ਮੇਰੇ ਵੀਰੋ ਜੁੜਦਾ ਹੋਇਆ ਘੋਲੀਏ ਦੀ ਟੀਮ ਦੇ ਹਿੱਸੇ ਪੈਰ ਜੁੜਦਾ ਹੋਇਆ ਰੇਡਰ ਦੀ ਟੀਮ ਦੇ ਹਿੱਸੇ ਰਸੀ ਖੌਰ ਦਾ ਹੱਥ ਖੜਾ ਕਰੋ ਜੀ ਟੀਮ ਆ ਗਈ ਵੀਰੇ ਮੰਜੂ ਕੇ ਕਰੋ ਜੀ ਹੱਥ ਖੜਾ ਮੰਜੂ ਕੇ ਮੰਜੂ ਕੇ ਦੀ ਟੀਮ ਗਰਾਊਂਡ 'ਚ ਆ ਗਈ ਆ ਵੱਡਾ ਘਰ ਜਲਦੀ ਤੋਂ ਜਲਦੀ ਤਿਆਰ ਬਾਰ ਤਿਆਰ ਹੋ ਕੇ ਖਿਡਾਰੀ ਵੀਰੋ ਗਰਾਊਂਡ 'ਚ ਆ ਜਾਓ ਮੰਜੂ ਕਹਿੰਦੀ ਟੀਮ ਜਿਹੜੀ ਐਂਟਰੀ ਬਾਕਸ ਦੇ ਵਿੱਚ ਆ ਕੇ ਰੁਕਣਾ ਖਿਡਾਰੀ ਵੀਰੋ ਇਹ ਸਾਰੀਆਂ ਟੀਮਾਂ ਨੂੰ ਬੇਨਤੀ ਕਰਾਂਗੇ ਕਿਉਂਕਿ ਦੋ ਹੀ ਟੀਮਾਂ ਜਿਹੜੀਆਂ ਪ੍ਰਬੰਧਕ ਵੀਰਾਂ ਦੇ ਵੱਲੋਂ ਬੇਨਤੀ ਆ ਵੀ ਦੋ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਤਾਰੀਆਂ ਜਾਣਗੀਆਂ ਬਾਕੀ ਖਿਡਾਰੀਆਂ ਨੂੰ ਜਿਹੜਾ ਮੇਰੇ ਵੀਰੋ ਬਾਹਰ ਰੱਖਿਆ ਜਾਵੇਗਾ ਟੀਮਾਂ ਨੂੰ ਜਿਸ ਤਰ੍ਹਾਂ ਵੀ ਮੁਕਾਬਲੇ ਬੋਲੇ ਜਾਣਗੇ ਉਸੇ ਤਰ੍ਹਾਂ ਆਪਾਂ ਖਿਡਾਰੀ ਵੀਰੋ ਐਂਟਰੀ ਬਾਕਸ ਦੇ ਵਿੱਚ ਆ ਕੇ ਰੁਕ ਜਾਣਾ ਬਹੁਤ ਅੱਛਾ ਪ੍ਰਬੰਧ ਬੜੇ ਸੋਹਣੇ ਤਰੀਕੇ ਦੇ ਨਾਲ ਸੱਜੇ ਢੰਗ ਦੇ ਨਾਲ ਕਬੱਡੀ ਦਾ ਖੇਡ ਮੇਲਾ ਪਿੰਡ ਜੈਮਲ ਸਿੰਘ ਵਾਲਾ ਦੀ ਧਰਤੀ ਮੇਰੇ ਵੀਰੋ ਪਿੰਡ ਜੈਮਲ ਵਾਲਾ ਜਿੱਥੇ ਅੱਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਚੌਥਾ ਕਬੱਡੀ ਕੱਪ ਇੱਥੇ ਕਰਵਾਇਆ ਜਾ ਰਿਹਾ ਲਓ ਅੱਜ ਲਾਸਟ ਦਿਨ ਹੈ ਅੱਜ 26 ਫਰਵਰੀ ਦਾ ਸ਼ੁਭ ਦਿਹਾੜਾ ਹੈ ਮੇਰੇ ਵੀਰੋ ਮੁਬਾਰਕਬਾਦ ਹੈ ਸਮੁੱਚੇ ਨਗਰ ਪਿੰਡ ਜੈਮਲ ਵਾਲਾ ਨੂੰ ਵਧਾਈ ਦਿੰਦੇ ਹਾਂ ਮੇਰੇ ਵੀਰੋ ਜਿਹੜੇ ਅੱਜ ਮੇਰੇ ਵੀਰ ਵਧਾਈ ਦੇ ਪਾਤਰ ਨੇ ਬੱਚਾ ਬੱਚਾ ਇਸ ਨਗਰ ਦਾ ਲਓ ਪੈਰੇ ਤੇ ਬੈਠੇ ਬਜ਼ੁਰਗ ਬੱਚੇ ਤੇ ਨੌਜਵਾਨ ਮਾਣਦੇ ਹੋਏ ਮੈਚਾਂ ਦਾ ਆਨੰਦ ਲਓ ਟੀਮਾਂ ਆਪਣੇ ਕੋਲੇ ਪਹੁੰਚ ਰਹੀਆਂ ਮੈਂ ਬੇਨਤੀ ਕਰਦਾ ਕਬੱਡੀ ਓਪਨ ਜਿੰਨੀਆਂ ਵੀ ਕਲੱਬਾਂ ਇੱਥੇ ਆਈਆਂ ਜਲਦੀ ਤੋਂ ਜਲਦੀ ਸਾਰੇ ਖਿਡਾਰੀ ਵੀਰ ਆਪੋ ਆਪਣੀਆਂ ਟੀਮਾਂ ਦੇ ਨਾਲ ਐਂਟਰ ਕਰਵਾਓ ਜਿੰਨੇ ਵੀ ਕਬੱਡੀ ਓਪਨ ਦੇ ਕਲੱਬ ਪਹੁੰਚੇ ਨੇ ਲਓ ਸਾਹਮਣੇ ਗੱਗੂ ਇਸ ਵੇਲੇ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਇੱਕ ਹਿੰਮਤਪੁਰੀਆ ਗੱਗੂ ਬਹੁਤ ਤਕੜਾ ਕਬੱਡੀ ਦਾ ਖਿਡਾਰੀ ਲਓ ਮੇਰੇ ਵੀਰੋ ਪੁਆਇੰਟ ਜਿਹੜਾ ਗੱਗੂ ਇਸ ਵੇਲੇ ਜ਼ਿਲ੍ਹੇ ਬਰਨਾਲੇ ਦਾ ਖਿਡਾਰੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇੱਕ ਪਾਸੇ ਮੋਗਾ ਜ਼ਿਲ੍ਹਾ ਤੇ ਦੂਸਰੇ ਪਾਸੇ ਬਰਨਾਲਾ ਲਓ ਦੋਨਾਂ ਟੀਮਾਂ ਦਾ ਬਹੁਤ ਹੀ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਵੀਰੋ
ਜੇ ਆਪਾਂ ਇਸ ਏਰੀਏ ਦੀ ਗੱਲ ਕਰੀਏ, ਜ਼ਿਲ੍ਹਾ ਮੋਗਾ ਦੀ ਗੱਲ ਕਰੀਏ, ਕਬੱਡੀ ਦੇ ਬਹੁਤ ਤਕੜੇ ਕੜਿਆਲ ਪੈਦਾ ਕੀਤੇ ਨੇ ਮੇਰੇ ਵੀਰੋ, ਚੋਟੀ ਦੇ ਖਿਡਾਰੀ ਪੈਦਾ ਕੀਤੇ ਨੇ ਮੇਰੇ ਵੀਰੋ ਇਸ ਇਲਾਕੇ ਨੇ। ਜਿਸ ਤਰ੍ਹਾਂ ਵਰਲਡ ਕਬੱਡੀ ਕੱਪ ਦੇ ਵਿੱਚ ਦੇਖਿਆ ਸੀ ਏਕਮ ਠੂਰ ਜ਼ਿਲ੍ਹੇ ਮੋਗੇ ਦਾ ਖਿਡਾਰੀ ਉੱਤਮ ਜਾਫੀ ਲਾਨਾ ਗਿਆ, ਪ੍ਰੀਤ ਟਰੈਕਟਰ ਜਿੱਤਿਆ ਮੇਰੇ ਵੀਰੋ। ਬਾਈ ਜੀ ਰੋਡਿਆਂ ਦੀ ਟੀਮ ਗਰਾਊਂਡ ਦੇ ਬਿਲਕੁਲ ਨੇੜੇ ਤਿਆਰ ਬਰ ਤਿਆਰ ਆ। ਦੂਸਰਾ ਮੈਚ ਆ, ਪ੍ਰਬੰਧਕਾਂ ਦੇ ਵੱਲੋਂ ਬੇਨਤੀ ਹੋਈ ਆ ਰਸੀ ਖੁਰ ਤੇ ਰੋਡਿਆਂ ਦਾ ਕਰਵਾ ਜਾਣਾ, ਕਿਉਂਕਿ ਰੋਡਿਆਂ ਦੀ ਟੀਮ ਕਾਫੀ ਲੰਮੇ ਸਮੇਂ ਤੋਂ ਇਹ ਤਿਆਰ ਕਰ ਰਹੀ ਆ। ਰਸੀ ਖੁਰ ਦੀ ਟੀਮ ਜੇਕਰ ਨਾ ਆਈ ਤਾਂ ਰੋਡਿਆਂ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ। ਨਾਲ ਹੀ ਬੇਨਤੀ ਕਰਦੇ ਹਾਂ ਕਬੱਡੀ ਓਪਨ ਕਲੱਬ, ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚੀਆਂ, ਜਲਦੀ ਤੋਂ ਜਲਦੀ ਸਾਰੇ ਖਿਡਾਰੀ ਵੀਰ ਆਪਣੀਆਂ ਟੀਮਾਂ ਦੇ ਨਾਲ ਐਂਟਰ ਕਰਵਾਓ। ਅਸੀਂ ਬਹੁਤ ਹੀ ਜਲਦੀ ਮਰਜ਼ੀ ਆਪਾਂ ਕਬੱਡੀ ਓਪਨ ਦੇ ਜਿਹੜੇ ਮੁਕਾਬਲੇ ਸ਼ੁਰੂ ਕਰਵਾਉਣ ਜਾ ਰਹੇ ਹਾਂ, ਸਾਡੇ ਮਰਜ਼ੀ ਹੋਣੀ ਬੈਠੇ ਨੇ ਉੱਥੇ ਆ ਕੇ ਬਾਜੀ ਐਂਟਰੀ ਕਾਊਂਟਰ ਤੇ ਨੌਜਵਾਨਾਂ ਦੇ ਕੋਲੇ ਆਪਣੀਆਂ ਟੀਮਾਂ ਦੇ ਨਾਂ ਆਪਾਂ ਐਂਟਰ ਕਰਵਾਈਏ ਖਿਡਾਰੀ ਵੀਰੋ। ਲਓ ਸਾਹਮਣੇ ਮੁਰਲੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਮੇਰੇ ਵੀਰੋ, ਜਿੱਥੇ ਖੇਡਾਂ ਦੇ ਵਿੱਚ ਮੱਲਾ ਮਾਰਦਾ ਉੱਥੇ ਪੜ੍ਹਾਈ ਦੇ ਵਿੱਚ ਵੀ ਇਸ ਨੌਜਵਾਨ ਨੇ ਚੰਗੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਮੇਰੇ ਵੀਰੋ, ਆਪਣੇ ਸਕੂਲ ਦੀ ਟੀਮ ਦੇ ਲਈ ਔਰ ਆਪਣੇ ਜ਼ਿਲ੍ਹਿਆਂ ਦੀ ਟੀਮ ਦੇ ਲਈ ਸਰਕਲ ਤੇ ਨੈਸ਼ਨਲ ਸਟੈਲ ਦੋਨੇ ਤਰ੍ਹਾਂ ਦੀ ਕਬੱਡੀ ਖੇਡਦਾ ਖਿਡਾਰੀ ਮੁਰਲੀ ਮੇਰੇ ਵੀਰੋ, ਬਰਨਾਲੇ ਜ਼ਿਲ੍ਹੇ ਦਾ ਇਸ ਵੇਲੇ ਪਾ ਕਬੱਡੀ ਜਾਨਸਰ ਸਹੌਰ ਦੀ ਟੀਮ ਦੇ ਹਿੱਸੇ ਇਸ ਨੰਬਰ ਦਾ ਵਾਧਾ ਕਰਦਾ ਹੋਇਆ। ਪਿਛਲੇ ਦਿਨ ਇਸ ਖਿਡਾਰੀ ਨੇ ਮੁਦਗੀ ਦੀ ਧਰਤੀ ਤੇ ਵੀ ਚੈਂਪੀਅਨਸ਼ਿਪ ਦੇ ਮੁਕਾਬਲੇ ਖੇਡੇ ਮੇਰੇ ਵੀਰੋ ਤੇ ਬਹੁਤ ਤਕੜੀਆਂ ਕਬੱਡੀਆਂ ਪਾਈਆਂ। ਲਓ ਅਗਲੀ ਕਬੱਡੀ ਨਾਲ ਆਪਾਂ ਫਿਰ ਜੁੜਦੇ ਹਾਂ। ਇਸ ਵੇਲੇ ਘੋਲੀਏ ਵਾਲਾ ਨੌਜਵਾਨ ਕਬੱਡੀ ਪਾਉਂਦਾ ਹੋਇਆ, ਘੋਲੀਏ ਕਲਾਂ ਦੀ ਧਰਤੀ ਦੇ ਉੱਤੇ ਵੀ ਬਹੁਤ ਵੱਡਾ ਖੇਡਾਂ ਦਾ ਮੇਲਾ ਮੇਰੇ ਵੀਰੋ ਲੱਗਦਾ। ਆਓ ਜਿੱਥੇ ਸਾਡਾ ਵੀਰ ਭਾਈ ਰਿੱਪੀ ਘੋਲੀਆ ਹਰਪ੍ਰੀਤ ਵਰਗੇ ਖੇਡਾਂ ਦੇ ਦੰਗਲ ਕਰਾਉਂਦੇ ਨੇ। ਲਓ ਇੱਕ ਪਾਸੇ ਵੇਖਦੇ ਵੀ ਨੌਜਵਾਨ ਅਮਨ ਇਸ ਵੇਲੇ ਬਹੁਤ ਤਕੜਾ ਜੱਫਾ ਲਾਉਂਦਾ ਹੋਇਆ ਮੈਦਾਨ ਦੇ ਵਿੱਚ, ਅਮਨ ਆਖਦੇ ਵੀ ਜਾਨਸਰ ਸਹੌਰ ਦਾ ਮੇਰੇ ਵੀਰੋ ਤਕੜਾ ਜੱਫਾ ਲਾਉਂਦਾ ਹੋਇਆ। ਲਓ ਸਮਾਂ ਬੀਤਦਾ ਜਾ ਰਿਹਾ ਤੇ ਸਫਲਤਾ ਜਿਹੜੀ ਜਾਫੀ ਦੇ ਕਦਮ ਚੁੰਮਦੀ ਹੋਈ, ਲਓ ਪੁਆਇੰਟ ਜਿਹੜਾ ਜਾਨਸਰ ਸਹੌਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲੰਮੀ ਉਮਰ ਜਿਉਣ ਪੰਜਾਬੀ ਛੱਡ ਕੇ ਨਸ਼ਿਆਂ ਨੂੰ, ਕਰਦੇ ਰਹਿਣ ਦਿਲੋਂ ਸਦਾ ਹੀ ਪਿਆਰ ਕਬੱਡੀ ਨੂੰ, ਸਦਕੇ ਜਾਵਾਂ ਮੈਂ ਪ੍ਰਮੋਟਰ ਵੀਰਾਂ ਦੇ, ਲੈ ਗਏ ਨੇ ਜੋ ਸੱਤ ਸਮੁੰਦਰੋਂ ਪਾਰ ਕਬੱਡੀ ਨੂੰ, ਸਦਕੇ ਜਾਈਏ ਪ੍ਰਵਾਸੀ ਭਰਾਵਾਂ ਦੇ ਜਿਨ੍ਹਾਂ ਨੇ ਮੇਰੇ ਵੀਰੋ ਅੱਜ ਕਬੱਡੀ ਨੂੰ ਮਨਾ ਮੁਹੀ ਪਿਆਰ ਦਿੱਤਾ। ਲਓ ਸਾਹਮਣੇ ਗੱਗੂ ਕਬੱਡੀ ਪਾਉਂਦਾ ਹੋਇਆ, ਫਰਤੀਲਾ ਸਰੀਰ ਬਾਜ ਵਰਗਾ ਖਿਡਾਰੀ, ਲਓ ਮਸਤਾਨੀ ਤੌਰ ਤੁਰਦਾ ਹੋਇਆ ਮੇਰੇ ਵੀਰੋ ਮੈਦਾਨ ਦੇ ਵਿੱਚ। ਲਓ ਪੁਆਇੰਟ ਜਿਹੜਾ ਇਸ ਵੇਲੇ ਜਾਨਸਰ ਸਹੌਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਬਹੁਤ ਮੇਰੇ ਵੀਰੋ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ। ਇਸੇ ਤਰ੍ਹਾਂ 27-28 ਤੇ 1 ਮਾਰਚ ਨੂੰ ਪਿੰਡ ਕਿੰਗਰਾ ਦੀ ਧਰਤੀ ਤੇ ਵਾਲੀਬਾਲ ਸ਼ੂਟਿੰਗ ਦੇ ਮੈਚ 27 ਫਰਵਰੀ ਨੂੰ ਮੇਰੇ ਵੀਰੋ, 28 ਫਰਵਰੀ ਨੂੰ ਕਬੱਡੀ 55 ਕਿੱਲੋ ਤੇ 1 ਮਾਰਚ ਨੂੰ ਕਬੱਡੀ 70 ਕਿੱਲੋ ਦੇ ਮੁਕਾਬਲੇ ਕਰਵਾਏ ਜਾਣਗੇ ਖੇਡਾਂ ਪਿੰਡ ਕਿੰਗਰਾ ਦੀਆਂ ਮੇਰੇ ਵੀਰੋ। ਔਰ 3 ਮਾਰਚ ਨੂੰ ਮੇਰੇ ਵੀਰੋ ਕੰਮਿਆਂ ਦੀ ਧਰਤੀ ਦੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ, ਬਹੁਤ ਹੀ ਤਕੜੇ ਮੁਕਾਬਲੇ ਖੇਡੇ ਜਾਣੇ ਆ। 8, 9 ਤੇ 10 ਮਾਰਚ ਜਿਹੜੀ ਮੌੜ ਨਵਾਹ ਦੇ ਖੇਡ ਮੇਲੇ ਦੀ ਹੋਵੇਗੀ, ਬਾਈ ਵਾਹ ਉਧਰ ਫਿਰ ਵੇਖਦੇ ਵੀ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ, ਲੱਗੀ ਹੋਈ ਪੜ ਦੇ ਉੱਤੇ ਕੈਂਚੀ ਤੇ ਲਾਉਂਦਾ ਹੋਇਆ ਅੱਡੀ ਚੋਟੀ ਵਾਲਾ ਜ਼ੋਰ ਜਾਫੀ ਮਿੱਤਰੋ,
ਲਓ ਪ੍ਰੋਜੈਕਟ ਮੇਰੇ ਵੀਰੋ ਇਸ ਵੇਲੇ ਘੋਲੀਏ ਦਾ ਗੁਰਵਿੰਦਰ ਲਾਹ ਜੱਫਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪਾਵੀ ਨੌਜਵਾਨਾਂ ਕਬੱਡੀ ਲਓ ਭੋਲਾ ਘੋਲੀਏ ਵਾਲਾ ਕਬੱਡੀ ਪਾਉਂਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਵੱਧ ਕੇ ਕੀਤੀ ਆ ਰੇਡ ਮਾਰੀ ਆ ਪਰਤੇ ਸੱਜੇ ਪਰਤੇ ਥਾਪੀ ਨੌਜਵਾਨੀ ਤੇ ਵਿਗਾਰਿਆ ਜਾਫੀਆਂ ਨੂੰ ਲਓ ਮੇਜਰ ਚਨੇਰ ਵਾਲੇ ਨਾਲ ਮੁਕਾਬਲਾ ਹੋਇਆ ਇੱਕ ਮੇਜਰ ਗਾਖਲ ਦਾ ਮੇਰੇ ਵੀਰੋ ਇੱਕ ਆਹ ਨੌਜਵਾਨ ਮੇਜਰ ਤੇ ਇੱਕ ਮੇਜਰ ਭਲੂਰ ਵਾਲਾ ਕਬੱਡੀ ਦਾ ਪ੍ਰਮੋਟਰ ਮੇਰੇ ਵੀਰੋ ਜਾਣੇ ਪਹਿਚਾਣੇ ਨਾਂ ਨੇ ਕਬੱਡੀ ਦੇ ਵਿੱਚ ਮੇਰੇ ਵੀਰੋ ਲਓ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਘੋਲੀਏ ਦੇ ਹਿੱਸੇ ਜੜਦਾ ਹੋਇਆ ਆਓ ਅਗਲੀ ਕਬੱਡੀ ਵੇਖਦੇ ਵੀ ਗੱਗੂ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਿ ਪੰਛੀ ਜਿਵੇਂ ਭਰਦੇ ਨੇ ਉਡਾਨਾ ਸਮਾਨਾਂ ਦੇ ਵਿੱਚ ਉਵੇਂ ਭਰਦੇ ਨੀ ਉਡਾਨਾ ਖਿਡਾਰੀ ਮੈਦਾਨਾਂ ਦੇ ਵਿੱਚ ਪਰਖੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕੌਣ ਅੱਜ ਤਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕੌਣ ਅੱਜ ਤਾਰਿਆਂ ਦੇ ਸਾਹਮਣੇ ਲਓ ਮੇਰੇ ਵੀਰੋ ਆਪਾਂ ਵੇਖਾਂਗੇ ਵੀ ਕਿਹੜੀਆਂ ਟੀਮਾਂ ਪਹਿਲੀਆਂ ਪੋਜੀਸ਼ਨਾਂ ਹਾਸਲ ਕਰਦੀਆਂ ਨੇ ਇਹ ਸਮੇਂ ਦਾ ਤਿਆਰ ਕਰਾਂਗੇ ਲਓ ਸਾਹਮਣੇ ਮੈਦਾਨ ਦੇ ਵਿੱਚ ਘੋਲੀਏ ਵਾਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਚਟਾਨਾ ਵਰਗੇ ਜਾਫੀ ਇੱਕ ਕੰਨੀ ਤੇ ਅਮਨ ਤੇ ਨਾਲ ਤੋਤਾ ਤੇ ਮੇਜਰ ਝਨੇਰ ਵਾਲਾ ਮੇਰੇ ਵੀਰੋ ਲਓ ਸਾਹਮਣੇ ਮੈਦਾਨ ਦੇ ਵਿੱਚ ਘੋਲੀਏ ਵਾਲਾ ਕਬੱਡੀ ਪਾਉਂਦਾ ਹੋਇਆ ਮਾਰਦਾ ਹੋਇਆ ਛਾਲਾ ਨੌਜਵਾਨ ਜਾਫੀਆਂ ਨੂੰ ਦਹਾੜਦਾ ਹੋਇਆ ਲਓ ਵੇਖਦੇ ਵੀ ਕਿਹੜੇ ਖਿਡਾਰੀ ਨਾਲ ਮੁਕਾਬਲਾ ਹੁੰਦਾ ਚਾਰ ਜਾਫੀ ਮੇਰੇ ਵੀਰੋ ਚਾਰਾਂ ਦੀ ਲੱਗੀ ਹੋਈ ਚੈਨ ਤੇ ਸਾਹਮਣੇ ਵੱਧ ਕੇ ਕੋਸ਼ਿਸ਼ ਕੀਤੀ ਆ ਅਮਨ ਜੜ ਸਰ ਸਹਰ ਵਾਲੇ ਨੇ ਲਓ ਇੱਕ ਪਾਸੇ ਅਮਨ ਪਿਆਰ ਦੇ ਨਾਲ ਖਿਡਾਰੀ ਵੀਰੋ ਕੋਈ ਗੱਲ ਨੀ ਲਓ ਜੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਜੜ ਸਰ ਸਹਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਰਸੀ ਖੁਰਦ ਹੱਥ ਖੜਾ ਕਰੋ ਜੀ ਰਸੀ ਖੁਰਦ ਵੀਰੇ ਆ ਗਈ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਰੋਡੇ ਹੱਥ ਖੜਾ ਕਰੋ ਜੀ ਰੋਡੇ ਦੋਨੇ ਟੀਮਾਂ ਪਹੁੰਚ ਗਿਆ ਜੀ ਸ਼ੁਕਰੀਆ ਮਿਹਰਬਾਨੀ ਨਾਲ ਹੀ ਦਰਸ਼ਕ ਵੀਰੋ ਆਪਣੇ ਕੋਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਬੱਡੀ ਦਾ ਮਹਾਨ ਖਿਡਾਰੀ ਕਰਮਾ ਚੱਕਰ ਵਾਲਾ ਵੀ ਮੇਰੇ ਵੀਰੋ ਅੱਜ ਪਹੁੰਚਿਆ ਹੋਇਆ ਸਾਡਾ ਵੀਰ ਜੀ ਨੇ ਰੈਫਰਸ਼ਿਪ ਦੀ ਭੂਮਿਕਾ ਨਿਭਾਉਣੀ ਇਸ ਮੈਦਾਨ ਦੇ ਵਿੱਚ ਬਹੁਤ ਤਕੜੀ ਕਬੱਡੀ ਖੇਡੀ ਇਸ ਖਿਡਾਰੀ ਨੇ ਮੇਰੇ ਵੀਰੋ 1999 ਦੇ ਵਿੱਚ ਪਾਕਿਸਤਾਨ ਦੀ ਧਰਤੀ ਤੇ ਇਸ ਖਿਡਾਰੀ ਨੂੰ ਖੇਡਣ ਦਾ ਮੌਕਾ ਮਿਲਿਆ ਨੌਜਵਾਨ ਨੇ ਮੇਰੇ ਵੀਰੋ ਦਿਲਬਰ ਝਨੇਰ ਦੇ ਨਾਲ ਬਹੁਤ ਤਕੜੀਆਂ ਕਬੱਡੀਆਂ ਪਾਈਆਂ ਭਿੰਦਰ ਨਵੇਂ ਪਿੰਡੀਏ ਦੇ ਨਾਲ ਮੇਰੇ ਵੀਰੋ ਇਸ ਖਿਡਾਰੀ ਨੇ ਤੇ ਬਾਬਾ ਫਰੀਦ ਦੀ ਯਾਦ ਦੇ ਵਿੱਚ ਫਰੀਦਕੋਟ ਦੀ ਧਰਤੀ ਤੇ ਬਹੁਤ ਵੱਡਾ ਕਬੱਡੀ ਕੱਪ ਕਰਵਾਇਆ ਗਿਆ ਮੇਰੇ ਵੀਰੋ ਉਸ ਧਰਤੀ ਤੇ ਖਿਡਾਰੀ ਨੂੰ ਬਿਰਤਾ ਵੀ ਲਾਣਾ ਗਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹੱਥਾਂ ਦੇ ਨਾਲ ਉਸ ਖਿਡਾਰੀ ਨੂੰ ਸਨਮਾਨ ਕੀਤਾ ਮੇਰੇ ਵੀਰੋ ਮੈਂ ਕਰਮੇ ਚੱਕਰ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਸਧਾਰਨ ਨੌਜਵਾਨ ਸ਼ਰੀਫ ਵਿਅਕਤੀ ਮੇਰੇ ਵੀਰੋ ਜਿਹਨੇ ਬਹੁਤ ਹੀ ਨਰਮ ਸੁਭਾਅ ਦੇ ਨਾਲ ਕਬੱਡੀ ਖੇਡੀ ਤੇ ਕਬੱਡੀ ਦੇ ਵਿੱਚ ਬਹੁਤ ਵੱਡਾ ਨਾਂ ਕਮਾਇਆ ਮੇਰੇ ਵੀਰੋ ਗੋਡੇ ਤੇ ਸੱਟ ਲੱਗਣ ਦੇ ਕਾਰਨ ਕਬੱਡੀ ਤੋਂ ਦੂਰ ਹੋਣਾ ਪਿਆ ਕਰਮਾ ਚੱਕਰ ਕਬੱਡੀ ਦਾ ਮਹਾਨ ਖਿਡਾਰੀ ਅੱਜ ਸਾਡੇ ਵਿੱਚ ਪਹੁੰਚਿਆ ਮੈਂ ਆਪਣੇ ਵੱਲੋਂ ਤੇ ਸਾਡੀ ਟੂਰਨਾਮੈਂਟ ਕਮੇਟੀ ਵੱਲੋਂ ਇਸ ਨਗਰ ਵੱਲੋਂ ਇਸ ਖਿਡਾਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਵੀਰੋ ਆਓ ਸਾਹਮਣੇ ਆਪਾਂ ਜੁੜਦੇ ਹਾਂ ਇਸ ਵੇਲੇ ਜੜਸਰ ਸਹੌਰ ਦੇ ਇਸ ਖਿਡਾਰੀ ਮੁਰਲੀ ਦੀ ਕਬੱਡੀ ਨਾਲ ਲਓ ਪਿਆਰ ਦੇ ਨਾਲ ਮੁਰਲੀ ਆਖਦੇ ਵੀ ਬਹੁਤ ਹੀ ਮੇਰੇ ਵੀਰੋ ਤਜਰਬੇਕਾਰ ਖਿਡਾਰੀ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਤੇ ਦੂਸਰੇ ਪਾਸੇ ਗੁਰਵਿੰਦਰ ਵੀ ਅੜੀਅਣ ਸੁਭਾਅ ਦਾ ਚਿੜੀ ਹੱਡੀ ਦਾ ਮੇਰੇ ਵੀਰੋ ਜਾਫੀ ਲਓ ਹੋ ਗਿਆ ਮੁਕਾਬਲਾ ਇੱਕ ਪਾਸੇ ਮੁਰਲੀ ਤਜਰਬੇਕਾਰ ਨੌਜਵਾਨ ਲੈ ਪੁਆਇੰਟ ਮੇਰੇ ਵੀਰੋ ਵਾਪਸ ਪਰਤਦਾ ਹੋਇਆ ਆਪਣੇ ਪੇਕੇ ਪਿੰਡ ਇਸੇ ਨਾਲ ਹੀ ਮੁਕਾਬਲਾ ਸਮਾਪਤ ਲੈ ਵੀ ਦਰਸ਼ਕ ਵੀਰੋ ਜੇ ਮੈਚ ਵਧੀਆ ਲੱਗਿਆ ਬਾਈ ਤਾੜੀ ਮਾਰ ਦਿਓ ਯਾਰ ਇੱਕ ਵਾਰੀ ਦੋਨਾਂ ਟੀਮਾਂ ਦੇ ਨਾਂ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਲਓ ਜੀ ਕਰੀਏ ਆਪਾਂ ਪੁਆਇੰਟਾਂ ਦਾ ਵੀਰਵਾ ਸਾਂਝਾ ਸਾਰੇ ਦਰਸ਼ਕਾਂ ਦੇ ਨਾਲ ਜੰਡਸਰ ਸਹੌਰ ਦੀ ਟੀਮ ਦੇ ਨੰਬਰ ਨੇ ਬਾਈ ਜੀ 27 21 21 ਪੁਆਇੰਟ ਜੀ
ਤੇ ਘੋਲੀਆ ਕਲਾਂ ਦੀ ਟੀਮ ਦੇ ਨੰਬਰ ਨੇ ਬਾਜੀ 13.5 21 ਮਿੰਟਾਂ ਦੇ ਨਾਲ ਬਖਤਾਰ ਵੀਰੇ ਇਸ ਮੈਚ ਦੇ ਵਿੱਚੋਂ ਚੰਡਸਰ ਸਹੌਰ ਦੀ ਟੀਮ ਨੇ ਮੁਕਾਬਲਾ ਜਿੱਤਿਆ। ਨਾਲ ਹੀ ਬੇਨਤੀ ਕਰਦੇ ਸੀ ਖੁਰਦ ਤੇ ਰੋਡੇ ਆਓ ਜੀ ਦੋਨਾਂ ਟੀਮਾਂ ਦੇ ਖਿਡਾਰੀ ਸੈਂਟਰ ਲਾਈਨ ਦੇ ਉੱਤੇ। ਤਰਸੀਮ ਵੀਰੇ ਦੋਨੇ ਟੀਮਾਂ ਆ ਗਈਆਂ, ਕਰਾਓ ਮੁਕਾਬਲਾ ਸ਼ੁਰੂ। ਜੰਡਸਰ ਸਹੌਰ ਦੀ ਟੀਮ ਜਿਹੜੀ ਦਰਸ਼ਕ ਵੀਰੋ ਜੇਤੂ ਰਹੀ ਆ। ਬਖਤਾਰ ਵੀਰੇ ਹਲਕੀ ਜਿਹੀ ਚੋਟ ਲੱਗੀ ਖਿਡਾਰੀ ਦੇ, ਪਲੀਜ਼ ਜੇ ਕੱਲ੍ਹ ਡਾਕਟਰ ਸਾਹਿਬਾਨ ਇੱਥੇ ਹੈਗੇ ਤਾਂ ਫਾਸਟ ਏਡ ਦੀਆਂ ਆ ਗਏ ਜੀ, ਪਹੁੰਚ ਗਏ ਨੇ ਵੀਰ ਜੀ ਉੱਥੇ ਸਟੇਜ ਤੇ ਜਾ ਵੜੇ ਜੀ। ਰਸੀ ਖੁਰਦ ਤੇ ਰੋਡੇ ਜਿਹੜਾ ਮੁਕਾਬਲਾ ਹੁਣ ਤੱਕਣ ਜਾ ਰਹੇ ਮੈਦਾਨ ਦੇ ਵਿੱਚੋਂ ਮੇਰੇ ਵੀਰਿਓ। ਉਸ ਤੋਂ ਅੱਗੇ ਮੰਜੂ ਕਿਤੇ ਵੱਡਾ ਘਰ ਮੈਚ ਚੱਲਦੇ ਚੱਲਦੇ ਦੋਨੇ ਟੀਮਾਂ ਐਂਟਰੀ ਬਾਕਸ ਦੇ ਵਿੱਚ ਆ ਕੇ ਰੁਕ ਜਾਓ ਮੇਰੇ ਵੀਰਿਓ। ਖਿਡਾਰੀਆਂ ਦੇ ਟੀਮਾਂ ਦੇ ਰੁਕਣ ਦੇ ਲਈ ਸਪੈਸ਼ਲ ਮੇਰੇ ਵੀਰਿਓ ਇੱਕ ਗੈਲਰੀ ਬਣਾਈ ਗਈ ਆ, ਇੱਥੇ ਖਿਡਾਰੀ ਰੁਕਣਗੇ ਤੇ ਸਿਕਿਉਰਿਟੀ ਵਾਲੇ ਵੀਰਾਂ ਨੂੰ ਬੇਨਤੀ ਵੀਰ ਜੀ ਦੋ ਟੀਮਾਂ ਹੀ ਆਪਾਂ ਗਰਾਊਂਡ ਦੇ ਵਿੱਚ ਐਂਟਰ ਕਰਨੀਆਂ, ਤੀਜੀ ਟੀਮ ਨੂੰ ਤੁਸੀਂ ਬਾਹਰ ਜਿਹੜਾ ਰੋਕਣਾ ਖਿਡਾਰੀਆਂ ਨੂੰ। ਹਾਂਜੀ ਵੀਰ ਜੀ ਲਓ ਜੀ ਕਰਾਓ ਜੀ ਮੁਕਾਬਲਾ ਸ਼ੁਰੂ। ਰਸੀ ਖੁਰਦ ਤੇ ਰੋਡੇ ਦਰਸ਼ਕ ਵੀਰੋ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਜਿੱਥੇ ਆਪਾਂ ਕਬੱਡੀ ਦਾ ਕੱਪ ਕਰਾ ਰਹੇ ਉੱਥੇ ਕੱਲ੍ਹ ਵਾਲੀਬਾਲ ਸ਼ੂਟਿੰਗ ਦਾ ਵੀ ਕੱਪ ਜਿਹੜਾ ਕਰਾਇਆ ਗਿਆ, ਡੇ ਨੈਟ ਮੈਚ ਚੱਲੇ ਮੇਰੇ ਵੀਰੋ। ਤੇ ਵਾਲੀਬਾਲ ਸ਼ੂਟਿੰਗ ਦੇ ਵਿੱਚ ਪਹਿਲਾ ਜਿਹੜਾ ਸਥਾਨ ਬੱਲੋ ਦੀ ਟੀਮ ਜ਼ਿਲ੍ਹਾ ਬਠਿੰਡਾ ਦੀ ਟੀਮ ਨੇ ਹਾਸਲ ਕੀਤਾ ਤੇ ਦੂਜੇ ਮੇਰੇ ਵੀਰੋ ਪੋਜੀਸ਼ਨ ਦੇ ਵਿੱਚ ਰਹੀ ਟੀਮ ਜੰਡ ਵਾਲਾ। ਪਹਿਲਾ ਫਸਟ ਪ੍ਰਾਈਜ ਬੱਲੋ ਤੇ ਸੈਕਿੰਡ ਪ੍ਰਾਈਜ ਜਿਹੜਾ ਮੇਰੇ ਵੀਰੋ ਜੰਡ ਵਾਲ ਦੀ ਟੀਮ ਨੇ ਹਾਸਲ ਕੀਤਾ। ਬੱਲੋ ਦਾ ਗੋਪਾ ਮੇਰੇ ਵੀਰੋ ਜਿਹੜਾ ਵਾਲੀਬਾਲ ਸ਼ੂਟਿੰਗ ਦਾ ਬਹੁਤ ਤਕੜਾ ਖਿਡਾਰੀ ਆ, ਲਗਾਤਾਰ ਮੈਂ ਉਸ ਖਿਡਾਰੀ ਨੂੰ 7-7 ਸ਼ਾਟ ਜੰਪ ਲੈ ਕੇ ਮਾਰਦੇ ਦੇਖਿਆ ਮੇਰੇ ਵੀਰੋ। ਬਹੁਤ ਸਾਰੇ ਦਰਸ਼ਕ ਜਿਹੜੇ ਉਸ ਖਿਡਾਰੀ ਨੂੰ ਦੇਖਣ ਤੋਂ ਸ਼ਾਇਦ ਵਾਂਝੇ ਰਹਿ ਗਏ ਹੋਣਗੇ। ਗੋਪਾ ਬੱਲੋ ਵਾਲਾ ਮੇਰੇ ਵੀਰੋ ਜਿਸ ਤਰ੍ਹਾਂ ਕਬੱਡੀ ਦੇ ਸਟਾਰ ਨੇ ਉਹ ਖਿਡਾਰੀ ਵਾਲੀਬਾਲ ਦਾ ਸਟਾਰ ਆ। 3 ਸਟੇਟਾਂ ਖੇਡਿਆ ਉਹ ਖਿਡਾਰੀ, ਰਾਜਸਥਾਨ, ਪੰਜਾਬ, ਹਰਿਆਣਾ ਮੇਰੇ ਵੀਰੋ। ਗੋਪਾ ਬੱਲੋ ਲਗਾਤਾਰ 7 ਜੰਪ ਲੈ ਕੇ 7-7 ਸ਼ਾਟ ਮਾਰ ਦਿੰਦਾ ਉਹ ਖਿਡਾਰੀ ਮੇਰੇ ਵੀਰੋ, ਇੱਕ ਬਹੁਤ ਤਕੜਾ ਵਾਲੀਬਾਲ ਦਾ ਸ਼ੂਟਰ ਆ ਮੇਰੇ ਵੀਰੋ। ਲਓ ਜੀ ਸੱਡਾ ਜਿਹੜੀਆਂ ਕਰੀਏ ਨੋਟ। ਲਓ ਜੀ ਬਾਈ ਰਾਜ ਰਸੀ ਖੁਰਦ ਦੀ ਟੀਮ ਆ ਗਈ ਆ ਗੁਰਦੁਆਰਾ ਸਾਹਿਬ ਵਾਲੇ ਪਾਸੇ ਤੇ ਰੋਡਿਆਂ ਦੀ ਟੀਮ ਆ ਗਈ ਆ ਖੇਤਾਂ ਵਾਲੇ ਪਾਸੇ ਜੀ। ਲਓ ਜੀ ਰਵਿੰਦਰ ਇਸ ਵੇਲੇ ਰਸੀ ਵਾਲਾ ਕਬੱਡੀ ਪਾਉਂਦਾ ਹੋਇਆ, ਉਧਰ ਸਾਡੀਆਂ ਬਹੁਤ ਹੀ ਪਿਆਰੀਆਂ ਸ਼ਖਸੀਅਤਾਂ ਸਟੇਜ ਤੇ ਪਹੁੰਚੀਆਂ ਨੇ। ਆਪਾਂ ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੀਆਂ ਮੇਰੇ ਵੀਰੋ ਸ਼ਖਸੀਅਤਾਂ ਸਟੇਜ ਤੇ ਬਿਰਾਜਮਾਨ, ਬੜੇ ਅੱਛੇ ਇਨਸਾਨ ਮੇਰੇ ਵੀਰੋ ਸਾਡੇ ਕੋਲ ਬਿਰਾਜਮਾਨ ਹੋਏ ਨੇ। ਸੱਚੇ ਪਾਤਸ਼ਾਹ ਮਿਹਰ ਕਰੇ ਸਾਰੇ ਪਰਿਵਾਰਾਂ ਦੇ ਉੱਤੇ। ਲਓ ਮੇਰੇ ਵੀਰੋ ਇਸ ਵੇਲੇ ਸ਼ੇਰੂ ਕਬੱਡੀ ਪਾਉਂਦਾ ਹੋਇਆ, ਲਓ ਰੋਡਿਆਂ ਦੀ ਟੀਮ ਦੇ ਵੱਲੋਂ ਸਾਹਮਣੇ ਸ਼ੇਰੂ ਕਬੱਡੀ ਪਾਉਂਦਾ ਹੋਇਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜੱਦੀ ਪਿੰਡ ਹੈ ਰੋਡੇ। ਬਹੁਤ ਤਕੜੇ ਖਿਡਾਰੀ ਕਬੱਡੀ ਦੇ ਮੰਦਰ ਵਰਗੇ ਇਸ ਧਰਤੀ ਨੇ ਵੀ ਪੈਦਾ ਕੀਤੇ ਆ ਮੇਰੇ ਵੀਰੋ। ਨਾਲ ਹੀ ਆਪਾਂ ਬੇਨਤੀ ਕਰਦੇ ਹਾਂ ਕਬੱਡੀ ਓਪਨ ਜਿੰਨੀਆਂ ਵੀ ਟੀਮਾਂ ਜਿੰਨੀਆਂ ਵੀ ਕਲੱਬਾਂ ਇੱਥੇ ਪਹੁੰਚੀਆਂ ਜਲਦੀ ਤੋਂ ਜਲਦੀ ਸਾਰੇ ਖਿਡਾਰੀ ਵੀਰ ਆਪੋ ਆਪਣੀਆਂ ਟੀਮਾਂ ਦੇ ਨਾਲ ਐਂਟਰ ਕਰਵਾਓ ਬਾਈ ਜੀ, ਕਬੱਡੀ ਓਪਨ ਦੀਆਂ ਟਾਈਆਂ ਪੈਣ ਲੱਗੀਆਂ ਖਿਡਾਰੀ ਵੀਰੋ। ਆਪਣੇ ਕੋਲ 18 ਟੀਮਾਂ ਬਾਈ ਜੀ ਦੱਸ ਰਹੇ ਨੇ ਪ੍ਰਬੰਧਕ ਵੀ, 18 ਜਿਹੜੇ ਕਲੱਬ ਐਂਟਰ ਹੋ ਚੁੱਕੇ ਨੇ। ਬਹੁਤ ਹੀ ਜਲਦੀ ਬਾਈ ਜੀ ਅਸੀਂ ਟਾਈਆਂ ਜਿਹੜੀਆਂ ਪਾ ਕੇ ਮੁਕਾਬਲੇ ਸ਼ੁਰੂ ਕਰਾਉਣ ਜਾ ਰਹੇ ਹਾਂ।
ਤੇ ਬਾਅਦ ਦੇ ਵਿੱਚ ਕੋਈ ਖਿਡਾਰੀ ਇਤਰਾਜ਼ ਨਾ ਕਰੇ ਕਿ ਸਾਨੂੰ ਐਂਟਰ ਨਹੀਂ ਕੀਤਾ, ਜਦੋਂ ਬਾਈ ਜੀ ਪਰਚੀਆਂ ਚੱਕ ਲਈਆਂ ਉਸ ਤੋਂ ਬਾਅਦ ਕੋਈ ਟੀਮ ਐਂਟਰ ਨਹੀਂ ਹੋਣੀ। ਲਓ ਇੱਕ ਪਾਸੇ ਰੋਡਿਆਂ ਵਾਲਾ ਤੇ ਦੂਸਰੇ ਪਾਸੇ ਰਸੀ ਖੁਰਦ ਮੇਰੇ ਵੀਰੋ, ਇਸ ਵੇਲੇ ਨਿਹਾਲ ਸਿੰਘ ਵਾਲਾ ਮੰਡੀ ਦੇ ਏਰੀਏ ਦਾ ਖਿਡਾਰੀ, ਲਓ ਪਾਉਂਦਾ ਹੋਇਆ ਕਬੱਡੀ ਤੇ ਫਰੈਂਡ ਜਿਹੜਾ ਰਵਿੰਦਰ ਆਖਦੇ ਵੀ ਇਸ ਵੇਲੇ ਰਸੀ ਵਾਲਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ। ਮੰਜੂ ਕੇ ਵਰਸ ਚ ਵੱਡਾ ਘਰ, ਮੰਜੂ ਕੇ ਆ ਗਈ ਜੀ, ਮੰਜੂ ਕੇ ਦੀ ਟੀਮ ਬਾਜੀ ਗਰਾਊਂਡ ਚ ਆ ਗਈ ਆ। ਵੱਡੇ ਘਰ ਦੀ ਟੀਮ ਜਲਦੀ ਪਹੁੰਚੇ ਵੱਡਾ ਘਰ, ਇੱਕ ਮਿੰਟ ਦੇਵਾਂਗੇ ਵੱਡੇ ਘਰ ਨੂੰ, ਜੇਕਰ ਮੈਚ ਚੱਲਦੇ ਚੱਲਦੇ ਆ ਗਏ ਠੀਕ ਆ, ਤੇ ਨਹੀਂ ਤਾਂ ਬਾਜੀ ਤੁਹਾਡੀ ਟੀਮ ਜਿਹੜੀ ਸਕਰੈਚ ਹੋ ਜਾਵੇਗੀ, ਫਿਰ ਇਤਰਾਜ਼ ਨਾ ਕਰੋ ਖਿਡਾਰੀ ਵੀਰੋ। ਉਸ ਤੋਂ ਅੱਗੇ ਧੰਨਾ ਸ਼ਹੀਦ ਬੀਰ ਤੇ ਤਲਵੰਡੀ ਭਗੇਰੀਆਂ, ਧੰਨਾ ਸ਼ਹੀਦ ਬੀਰ ਤੇ ਤਲਵੰਡੀ ਭਗੇਰੀਆਂ, ਜਲਦੀ ਤੋਂ ਜਲਦੀ ਇਹ ਵੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆਉਣ। ਲਓ ਸਾਹਮਣੇ ਇਸ ਵੇਲੇ ਰਵਿੰਦਰ ਰਸੀ ਵਾਲਾ ਕਬੱਡੀ ਪਾਉਂਦਾ ਹੋਇਆ, ਚਾਰ ਜਾਫੀ ਮੇਰੇ ਵੀਰੋ ਰੋਡਿਆਂ ਦੇ ਇਸ ਵੇਲੇ ਸਾਹਮਣੇ ਕਰਦੇ ਹੋਏ ਇਸ ਖਿਡਾਰੀ ਦਾ। ਲਓ ਮੁਕਾਬਲਾ ਹੋਇਆ, ਇੱਕ ਪਾਸੇ ਵੇਖਦੇ ਵੀ ਬਿੱਟੂ, ਇਸ ਵੇਲੇ ਪੱਟੀ ਹੋਈ ਖੁੱਚ ਲਾਈ ਹੋਈ ਤਾਕ ਪਾਉਂਦਾ ਹੋਇਆ ਰਵਿੰਦਰ ਰਸੀ ਵਾਲਾ ਕਬੱਡੀ। ਲਓ ਪੁਆਇੰਟ ਜਿਹੜਾ ਮੇਰੇ ਵੀਰੋ ਜਾਫੀਆਂ ਦੇ ਸੇ, ਪੁਆਇੰਟ ਜਿਹੜਾ ਰੋਡਿਆਂ ਦੀ ਟੀਮ ਦੇ ਸੇ ਜੜਦਾ ਹੋਇਆ। ਕਬੱਡੀ ਓਪਨ ਬਾਜੀ, ਜਲਦੀ ਤੋਂ ਜਲਦੀ ਸਾਰੇ ਖਿਡਾਰੀ ਵੀਰ ਆਪੋ ਆਪਣੀਆਂ ਟੀਮਾਂ ਦੇ ਨਾਲ ਐਂਟਰ ਕਰਵਾਓ, ਬਹੁਤ ਹੀ ਜਲਦੀ ਅਸੀਂ ਕਬੱਡੀ ਓਪਨ ਦੇ ਮੁਕਾਬਲੇ ਸ਼ੁਰੂ ਕਰਨ ਲੱਗੇ ਹਾਂ। 18 ਕਲੱਬ ਜਿਹੜੇ ਐਂਟਰ ਹੋ ਚੁੱਕੇ ਨੇ, ਲੰਮਾ ਸਮਾਂ ਬਾਜੀ ਕਿਸੇ ਦਾ ਇੰਤਜ਼ਾਰ ਨਹੀਂ ਕੀਤਾ ਜਾਣਾ, ਕਿਉਂਕਿ ਸਮਾਂ ਬਹੁਤ ਹੋ ਚੁੱਕਿਆ, ਆਪਾਂ ਬਹੁਤ ਜਲਦੀ ਮੈਚ ਜਿਹੜੇ ਸ਼ੁਰੂ ਕਰਨੇ ਆ ਕਲੱਬਾਂ ਦੇ। ਜਿਹੜੀਆਂ ਟੀਮਾਂ ਬਾਜੀ ਐਂਟਰ ਹੋਣ ਤੋਂ ਰਹਿੰਦੀਆਂ, ਜਲਦੀ ਤੋਂ ਜਲਦੀ ਉਹਨਾਂ ਟੀਮਾਂ ਦੇ ਖਿਡਾਰੀ ਆਪਣੀਆਂ ਟੀਮਾਂ ਦੇ ਨਾਲ ਐਂਟਰ ਕਰਵਾਓ ਬਾਜੀ। ਵੱਡਾ ਘਰ ਦੀ ਟੀਮ ਜਲਦੀ ਪਹੁੰਚੋ ਬਾਜੀ, ਵੱਡਾ ਘਰ ਮੰਜੂ ਕਹਿੰਦੀ ਟੀਮ ਜਿਹੜੀ ਮੈਦਾਨ ਦੇ ਨਜ਼ਦੀਕ ਆ ਗਈ ਆ, ਵੱਡਾ ਘਰ ਦੀ ਟੀਮ ਜਲਦੀ ਪਹੁੰਚੋ। ਧੰਨਾ ਸ਼ਹੀਦ ਬੀ ਤੇ ਤਲਵੰਡੀ ਭਗੇਰੀਆਂ, ਵੈਰੋ ਕੇ ਵਰਸ ਚ ਤੱਲੇ ਕੇ ਬਹੁਤ ਤਕੜਾ ਮੁਕਾਬਲਾ ਖੇਡਿਆ ਜਾਵੇਗਾ, ਵੈਰੋ ਕੇ ਵਰਸ ਚ ਤੱਲੇ ਕੇ। ਲਓ ਰੋਡਿਆਂ ਵਾਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ, ਲਓ ਜੀ ਮਨਪ੍ਰੀਤ ਸਿੰਘ ਆਖਦੇ ਵੀ ਰੋਡਿਆਂ ਦਾ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ, ਆ ਵੀ 52 ਕੁ ਸਾਲਾਂ ਦੀ ਉਮਰ ਦਾ ਮੇਰੇ ਵੀਰੋ। ਲਓ ਸਾਹਮਣੇ ਮਨਪ੍ਰੀਤ ਰੋਡਿਆਂ ਵਾਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ। ਬਾਜ ਨਾ ਜਾਣਾ ਕਿ ਮਹਿਫਲ ਦੀ ਜਿੱਦ ਜਾਣ ਪੰਜਾਬੀ, ਸ਼ੇਰ ਨੇ ਗੱਲਾਂ ਨੂੰ ਵੀ ਸ਼ੇਰ ਤੇ ਨਾ ਖੇਡ ਮੈਦਾਨਾਂ ਦੇ ਵਿੱਚ ਵੀ ਸ਼ੇਰ ਮੇਰੇ ਵੀਰੋ। ਲਓ ਸਾਹਮਣੇ ਅਗਲੀ ਕਬੱਡੀ ਰਵਿੰਦਰ ਆਖਦੇ ਰਸੀ ਵਾਲਾ ਇਸ ਵੇਲੇ ਪਾਉਂਦਾ ਹੋਇਆ, ਚਟਾਨਾ ਵਰਗੇ ਚਾਰ ਜਾਫੀ, ਕਿਹੜਾ ਬਿਜਲੀ ਬੋਰਡ ਦੇ ਕਰੰਟ ਵਾਂਗੂ ਚੁੰਬੜਦਾ, ਲਓ ਸਰਕਾਰੀ ਸਕੂਲ ਦੇ ਥੰਮਾਂ ਵਰਗੇ ਚਾਰ ਜਾਫੀ ਰੋਡਿਆਂ ਦੇ ਮੇਰੇ ਵੀਰੋ। ਇੱਕ ਪਾਸੇ ਰਵਿੰਦਰ ਕਬੱਡੀ ਪਾਉਂਦਾ ਹੋਇਆ, ਐਨ ਝੋਕੇ ਪਾਈ ਆ ਕਬੱਡੀ, ਝੁੱਕ ਝੋਕੇ ਕਬੱਡੀਆਂ ਪਾਉਂਦਾ ਨੌਜਵਾਨ। ਲਓ ਪੱਟਿਆ ਮੇਰੇ ਵੀਰੋ ਪੱਟ ਨੌਜਵਾਨੀ ਤੇ ਲਾਈ ਆ ਕੈਂਚੀ, ਫੜਿਆ ਗੁੱਟ, ਲਓ ਚੱਲਦਾ ਹੋਇਆ ਦੋਨਾਂ ਖਿਡਾਰੀਆਂ ਦਾ ਸੰਘਰਸ਼ ਤੇ ਪੁਆਇੰਟ ਜਿਹੜਾ ਇਸ ਵੇਲੇ ਰੋਡਿਆਂ ਦੀ ਟੀਮ ਦੇ ਸੇ ਜੁੜਦਾ ਹੋਇਆ। ਇਹ ਜੰਟਾ ਰੋਡਿਆਂ ਵਾਲਾ ਜਿਸ ਨੌਜਵਾਨ ਨੇ ਹੁਣ ਜੱਫਾ ਲਾਇਆ ਮੇਰੇ ਵੀਰੋ ਤੇ ਪੈਣ ਜਿਹੜਾ ਰੋਡਿਆਂ ਦੀ ਟੀਮ ਦੇ ਸੇ ਜੁੜਦਾ ਹੋਇਆ। ਛੀਣੀਆਂ ਮਾਵਾਂ ਦੇ ਸ਼ੇਰ ਪੁੱਤਾਂ ਦੀਆਂ ਬਾਜ ਵਰਗੀਆਂ ਝਾਟਾਂ ਸੰਦੌੜ ਵਾਲਿਆ ਤਰਸੇਮ, ਅੱਜ ਜੁਝਾਰੂ ਖਿਡਾਰੀ ਕਬੱਡੀ ਦੇ ਆਪਾਂ ਇਸ ਧਰਤੀ ਤੇ ਦੇਖਾਂਗੇ ਭਿੜਦੇ ਹੋਏ।
ਧੰਨੋ ਮਾਵਾਂ ਜਿਹੜੀਆਂ ਮੇਰੇ ਵੀਰੋ ਮਹਾਨ ਖਿਡਾਰੀ ਪੁੱਤ ਪੈਦਾ ਕਰਦੀਆਂ ਕਿ ਮਾਂ ਜੜ ਹੁੰਦੀ ਸ਼ਕਤੀ ਦੀ ਲੈਵਲ ਆਵੇ ਭਗਤੀ ਦੀ ਸੂਰਮੇ ਬਣਾਉਂਦੀਆਂ ਨੇ ਮਾਵਾਂ ਦੀਆਂ ਲੋਰੀਆਂ ਮਾਂ ਦੀਆਂ ਗਾਲਾਂ ਯਾਰੋ ਘਿਓ ਦੀਆਂ ਨਾਲਾਂ ਯਾਰੋ ਝੜਕਾਂ ਵੀ ਮਾਂ ਦੀਆਂ ਹੁੰਦੀਆਂ ਨੇ ਮਿੱਠੀਆਂ ਗੰਨੇ ਦੀਆਂ ਪੋਰੀਆਂ ਓਏ ਸੂਰਮੇ ਬਣਾਉਂਦੀਆਂ ਨੇ ਮਾਵਾਂ ਦੀਆਂ ਲੋਰੀਆਂ ਲਓ ਮੇਰੇ ਵੀਰੋ ਤਾਨੋ ਮਾਵਾਂ ਜਿਹੜੀਆਂ ਮਹਾਨ ਜੋਧੇ ਪੈਦਾ ਕਰਦੀਆਂ ਮੇਰੇ ਵੀਰੋ ਲਓ ਸਾਹਮਣੇ ਇਸ ਵੇਲੇ ਰਸੀ ਵਾਲਾ ਗੱਭਰੂ ਕਬੱਡੀ ਪਾਉਂਦਾ ਹੋਇਆ ਕਿ ਰਸਤੇ ਤਾਂ ਦੁਨੀਆਂ ਵਿੱਚ ਬਹੁਤ ਨੇ ਰਸਤਾ ਨੀ ਕੋਈ ਮਾਂ ਵਰਗਾ ਮਾਂ ਤਾਂ ਨਾਲ ਕਲੇਜੇ ਲਾ ਰੱਖਦੀ ਰਸਤਾ ਨੀ ਕੋਈ ਮਾਂ ਵਰਗਾ ਰਸਤੇ ਤਾਂ ਦੁਨੀਆਂ ਵਿੱਚ ਬਹੁਤ ਨੇ ਮੇਰੇ ਵੀਰੋ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਮਾਵਾਂ ਲਾਡਾ ਤੇ ਚਾਵਾਂ ਦੇ ਨਾਲ ਪਾਲੇ ਹੋਏ ਜਿਨ੍ਹਾਂ ਦੇ ਲਾਡਲੇ ਪੁੱਤਾਂ ਦੀਆਂ ਆਪਾਂ ਝਾਟਾ ਤੱਕ ਰਹੇ ਹਾਂ ਮੇਰੇ ਵੀਰੋ ਲਓ ਇਸ ਵੇਲੇ ਮਨਪ੍ਰੀਤ ਆਖਦੇ ਵੀ ਰੋਡਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਚਟਾਨਾ ਵਰਗੇ ਚਾਰ ਜਾਫੀ ਚੀਨ ਦੀ ਕੰਧ ਵਰਗੇ ਕਿਹੜਾ ਲਾਉਂਦਾ ਵੱਧ ਕੇ ਜੱਫਾ ਰਸੀ ਵਾਲਾ ਲਓ ਸਮੇਂ ਦੀਆਂ ਬਾਤਾਂ ਹੋਣਗੀਆਂ ਇੱਕ ਪਾਸੇ ਮਨਪ੍ਰੀਤ ਰੋਡਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਲਓ ਦੋਨਾਂ ਖਿਡਾਰੀਆਂ ਦਾ ਇਸ ਵੇਲੇ ਚੱਲਦਾ ਹੋਇਆ ਸੰਘਰਸ਼ ਤੇ ਸਫਲਤਾ ਜਿਹੜੀ ਧਾਵੀ ਦੇ ਕਦਮ ਚੁੰਮਦੀ ਹੋਈ ਨੰਬਰ ਮੇਰੇ ਵੀਰੋ ਰੋਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਵੱਡੇ ਘਰ ਦੀ ਟੀਮ ਆ ਗਈ ਬਾਜੀ ਵੱਡਾ ਘਰ ਕਰੋ ਜੀ ਹੱਥ ਖੜਾ ਨਹੀਂ ਆਏ ਜੀ ਜੇਤੂ ਕਰਾਰ ਦੇਣਾ ਪੈਣਾ ਤੇ ਨਾਲ ਹੀ ਬੇਨਤੀ ਕਰਦੇ ਆ ਧੰਨਾ ਸ਼ਹੀਦ ਬੀ ਤੇ ਤਲਵੰਡੀ ਭਗੇਰੀਆਂ ਜਲਦੀ ਪਹੁੰਚੋ ਮੇਰੇ ਵੀਰ ਧੰਨਾ ਸ਼ਹੀਦ ਬੀ ਤੇ ਤਲਵੰਡੀ ਭਗੇਰੀਆਂ ਜਿਸ ਘਰ ਵਿੱਚ ਮਾਂ ਨਹੀਂ ਹੁੰਦੀ ਉਸ ਘਰ ਦੇ ਵਿੱਚ ਸ਼ਾਹ ਨਹੀਂ ਹੁੰਦੀ ਪੁੱਤ ਜੇ ਮੰਗੇ ਜਾਣ ਤਾਂ ਮਾਂ ਤੋਂ ਨਾਂਹ ਨਹੀਂ ਹੁੰਦੀ ਮਾਂ ਜੇ ਕਰਦੇ ਨਾਂਹ ਤਾਂ ਰੱਬ ਤੋਂ ਵੀ ਹਾਂ ਨਹੀਂ ਹੁੰਦੀ ਜਿਸ ਘਰ ਦੇ ਵਿੱਚ ਮਾਂ ਨਹੀਂ ਹੁੰਦੀ ਉਸ ਘਰ ਦੇ ਵਿੱਚ ਸ਼ਾਹ ਨਹੀਂ ਹੁੰਦੀ ਕਿ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਸਾਰਾ ਆਲਮ ਕਹਿੰਦਾ ਬਾਬਲ ਜਾਉਂਦੇ ਬੇਪਰਵਾਹੀਆਂ ਰੱਬ ਯਾਦ ਨਾ ਰਹਿੰਦਾ ਮਾਪਿਆਂ ਵਰਗੇ ਦੁਨੀਆਂ ਉੱਤੇ ਹੈ ਨੀ ਰਿਸ਼ਤੇ ਨਾਤੇ ਤਿੰਨ ਰੰਗ ਨਹੀਂ ਉਹ ਲੱਭਣੇ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ ਰੈਫਰੀ ਦਾ ਫੈਸਲਾ ਵਜੇ ਟੱਲ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਮੇਰੇ ਵੀਰੋ ਰੋਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਚੰਡੇ ਹੋਏ ਚੇਲੇ ਗੁਰੂਆਂ ਦੇ ਮੇਰੇ ਵੀਰੋ ਕੋਚਾਂ ਦੀਆਂ ਖਾਧੀਆਂ ਹੋਈਆਂ ਮਾਰਾਂ ਅੱਜ ਕੰਮ ਆਉਣਗੇ ਇਹਨਾਂ ਖਿਡਾਰੀਆਂ ਦੇ ਕਿ ਗੁਰੂ ਬਿਨਾਂ ਗਾਤਨੀ ਤੇ ਸ਼ਾਹ ਬਿਨਾਂ ਪਤਨੀ ਸਿਆਣੇ ਕਹਿੰਦੇ ਆ ਧੀ ਪੁੱਤ ਰੰਬਾ ਤੇ ਖਿਡਾਰੀ ਸਦਾ ਚੰਡੇ ਹੋਏ ਚੰਗੇ ਰਹਿੰਦੇ ਆ ਖੇਡਦੇ ਮੈਦਾਨ ਵਿੱਚ ਪਤਾ ਲੱਗਦਾ ਮਾਂ ਦੇ ਚੁੰਘੇ ਦੁੱਧ ਦਾ ਫੌਜ ਦਾ ਸਿਪਾਹੀ ਤੇ ਖਿਡਾਰੀ ਤਿਆਰ ਕਰਨਾ ਸੰਦੌੜ ਵਾਲਿਆ ਕੰਮ ਯੁੱਧ ਦਾ ਫੌਜ ਦਾ ਸਿਪਾਹੀ ਤੇ ਖਿਡਾਰੀ ਤਿਆਰ ਕਰਨਾ ਹੈ ਕੰਮ ਯੁੱਧ ਦਾ ਇਹ ਜੰਡ ਵਾਲੀ ਸੇਖੋ ਦੀਆਂ ਗੀਤਕਾਰ ਦੀਆਂ ਲਿਖੀਆਂ ਹੋਈਆਂ ਲੈਣਾ ਹੈ ਮੇਰੇ ਵੀਰੋ ਲਓ ਸਾਹਮਣੇ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਮਨਪ੍ਰੀਤ ਇਸ ਵੇਲੇ ਰੋਡਿਆਂ ਵਾਲਾ ਜੰਡ ਵਾਲੀ ਸੇਖੋ ਦਾ ਵੀ ਗੁਰਮੀਤ ਮੰਡ ਵਾਲਾ ਨੇ ਕਬੱਡੀ ਪ੍ਰਮੋਟਰ ਨੇ ਮੇਰੇ ਵੀਰੋ ਬਹੁਤ ਵੱਡਾ ਮਾਣ ਕੀਤਾ ਸੋਨੇ ਦੇ ਮੈਡਲ ਦੇ ਨਾਲ ਗਿੱਲ ਪਰਿਵਾਰ ਦਾ ਗੁਰਮੀਤ ਮੇਰੇ ਵੀਰੋ ਕੈਨੇਡਾ ਕੈਲਗਰੀ ਦੀ ਧਰਤੀ ਤੇ ਵਸਿਆ ਖਿਡਾਰੀਆਂ ਦਾ ਵੀ ਮਾਣ ਕਰਦਾ ਰਹਿੰਦਾ ਨਜ਼ਰ ਲਓ ਇਸ ਵੇਲੇ ਬੀਲੇ ਵਾਲਾ ਕਰਦਾ ਫੈਸਲਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਪੁਆਇੰਟ ਜੜਦਾ ਹੋਇਆ ਮੇਰੇ ਵੀਰੋ ਰੋਡਿਆਂ ਦੀ ਟੀਮ ਦੇ ਹਿੱਸੇ ਬਾਈ ਜੀ ਜੇਕਰ ਸਟਰਗਲ ਚੱਲਦਾ ਨਾ ਤੇ ਬਾਈ ਜੀ ਰੇਡਰ ਭੱਜਦਾ ਕੋਈ ਜਾਫੀ ਲੱਤ ਲਾ ਕੇ ਡਿੱਗਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਫੌਲ ਮੰਨਿਆ ਜਾਂਦਾ ਕਬੱਡੀ ਦੇ ਵਿੱਚ ਮੇਰੇ ਵੀਰੋ ਜਦੋਂ ਸਟਰਗਲ ਚੱਲਦਾ ਹੁੰਦਾ ਕੋਈ ਵੀ ਜਾਫੀ ਰੇਡਰ ਨੂੰ ਲੱਤ ਲਾਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਕਬੱਡੀ ਦੇ ਵਿੱਚ ਫੌਲ ਮੰਨਿਆ ਜਾਂਦਾ ਮੇਰੇ ਸਾਰੇ ਖਿਡਾਰੀ ਵੀਰ ਨੋਟ ਕਰ ਲੈ ਵੱਡੇ ਘਰ ਦੀ ਟੀਮ ਆ ਗਈ ਜੀ ਵੱਡਾ ਘਰ ਆ ਗਏ ਜੀ ਮਿਹਰਬਾਨੀ ਦੇਰ ਆਏ ਦਰਸਤਾਈ ਪਲਵਾਨ ਜੀ
ਬਹੁਤ ਬਹੁਤ ਧੰਨਵਾਦ। ਵੀਰੂ ਦਾ ਪਿੰਡ ਆ ਵੱਡਾ ਕਰ ਮੇਰੇ ਵੀਰੋ, ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ। ਲਓ ਪੁਆਇੰਟ ਜਿਹੜਾ ਇਸ ਵੇਲੇ ਰੋਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਪੁਆਇੰਟ ਮੇਰੇ ਵੀਰੋ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ, ਮਿਹਨਤੀ ਮੱਖਣ ਸਿੰਘ ਡੀ ਪੀ ਬਾਈ ਦੀ ਹੈ ਚਰਿਕ ਪਿੰਡ ਦਾ, ਰੀਝਾਂ ਨਾ ਤਰਾਸ਼ ਕੇ ਬਣਾ ਦੇ ਬੱਚਾ ਉੱਡਨੇ ਭਰਿੰਡ ਦਾ, ਜਿੰਨਾ ਧਿਆਨ ਰੱਖਦਾ ਖਿਡਾਰੀ ਦਾ ਨਾ ਦੇਵੀ ਦਾ ਰੱਖੇ ਖੁਦ ਦਾ, ਫੌਜ ਦਾ ਸਿਪਾਹੀ ਤੇ ਖਿਡਾਰੀ ਤਿਆਰ ਕਰਨਾ ਹੈ ਕੰਮ ਯੁੱਧ ਦਾ, ਫੌਜ ਦਾ ਸਿਪਾਹੀ ਤੇ ਖਿਡਾਰੀ ਤਿਆਰ ਕਰਨਾ ਹੈ ਕੰਮ ਯੁੱਧ ਦਾ। ਲਓ ਮੇਰੇ ਵੀਰੋ ਸ਼ੇਰੂ ਕਬੱਡੀ ਪਾਉਂਦਾ ਹੋਇਆ ਇਸ ਵੇਲੇ ਰੋਡਿਆਂ ਵਾਲੇ ਸ਼ੇਰੂ ਦੀ ਪਾਈ ਹੋਈ ਕਬੱਡੀ, ਮੇਰੇ ਵੀਰੋ ਜਮੇਰ ਸਿੰਘ ਦਾ ਪੁੱਤ ਕਬੱਡੀ ਪਾਉਂਦਾ ਹੋਇਆ, ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ, ਪੁਆਇੰਟ ਮੇਰੇ ਵੀਰੋ ਰੋਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਬਿੰਦਰ ਕਲੱਬਾਂ ਨੂੰ ਨਾਲ ਦੀ ਨਾਲ ਹੀ ਹਾਂਜੀ ਹਾਂ ਬੁਲਾਈ ਜਾਇਆ ਕਰ ਵੀ ਜੇ ਕੋਈ ਆਈ ਤਾਂ ਐਂਟਰ ਕਰਾ ਦਿਓ। ਬਾਈ ਜੀ ਬੇਨਤੀ ਆ ਕਬੱਡੀ ਓਪਨ ਜਿੰਨੀਆਂ ਵੀ ਕਲੱਬਾਂ ਇੱਥੇ ਪਹੁੰਚ ਗਈਆਂ, ਜਲਦੀ ਤੋਂ ਜਲਦੀ ਕਬੱਡੀ ਓਪਨ ਦੇ ਖਿਡਾਰੀ ਵੀਰ ਆਪੋ ਆਪਣੀਆਂ ਟੀਮਾਂ ਦੇ ਨਾਂ ਐਂਟਰ ਕਰਵਾ ਦਿਓ। ਅਸੀਂ ਬਹੁਤ ਹੀ ਜਲਦੀ ਟਾਈਆਂ ਪਾ ਕੇ ਜਿਹੜੇ ਮੁਕਾਬਲੇ ਸ਼ੁਰੂ ਕਰਾਉਣ ਲੱਗੇ ਹਾਂ, ਜਿੰਨੀਆਂ ਵੀ ਟੀਮਾਂ ਪਹੁੰਚੀਆਂ ਖਿਡਾਰੀ ਵੀਰ ਆਪਾਂ ਲੇਟ ਹੋ ਗਏ ਹਾਂ, ਤੇ ਬਾਈ ਜੀ ਅਸੀਂ ਟਾਈਆਂ ਕੱਢਣ ਲੱਗੇ ਹਾਂ। ਜਲਦੀ ਤੋਂ ਜਲਦੀ ਆਪੋ ਆਪਣੀਆਂ ਐਂਟਰੀਆਂ ਜਿਹੜੀਆਂ ਸਾਡੇ ਕੋਲ ਸਟੇਜ ਤੇ ਪਹੁੰਚਦੀਆਂ ਕਰੋ, ਬੜੀ ਮਿਹਰਬਾਨੀ ਹੋਵੇਗੀ। ਲਓ ਜੀ ਇਸ ਵੇਲੇ ਮਨਪ੍ਰੀਤ ਆਖਦੇ ਵੀ ਰੋਡਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਕਿ ਫੁੱਲਾਂ ਵਿੱਚੋਂ ਫੁੱਲ ਸੋਹਣਾ ਵੱਖਰਾ, ਗੁਲਾਬ ਦਾ ਜੋ ਹੁੰਦੀਆਂ ਸਲਾਮਾਂ ਨੇ ਪੰਜਾਬੀਆਂ ਦੀ ਸ਼ਾਨ ਨੂੰ, ਧਰਤੀ ਪਤਾਲ ਵਿਗਿਆਨ ਜੜਾਂ ਮਾਰੀਆਂ ਨੇ, ਪਿਆਰ ਵਾਲੇ ਬੂਟੇ ਛੋਂ ਦੇ ਉੱਚੇ ਸਮਾਨ ਨੂੰ, ਮਿਲਖਾ ਸੋ ਕੇਸਰ ਕਮਾਨੋ ਜਾਂਦਾ ਤੀਰ ਵਾਂਗੂ, ਸੋਚਾਂ ਵਿੱਚ ਪਾ ਦਿੰਦਾ ਸੀ ਸ਼ੋਕ ਦੇ ਤੂਫਾਨ ਨੂੰ, ਅਦਾਕਾਰੀ ਭਲਵਾਨੀ ਵਿੱਚ ਮੱਲਾਂ ਮਾਰੀਆਂ, ਜਾਣਦਾ ਜਹਾਨ ਸਾਰਾ ਤਾਰਾ ਸਿੰਘ ਪਹਿਲਵਾਨ ਨੂੰ, ਬਾਬਾ ਗੁਰਦਾਸ ਮਾਨ ਬੀਬੀ ਮਖਸੂਸਪੁਰੀ ਕੀਲ ਕੇ ਬਿਠਾ ਦਿੰਦੇ, ਖਿੱਚ ਲੈਂਦੇ ਧਿਆਨ ਨੂੰ, ਬਾਜੇ ਖਾਨੇ ਜੰਮਿਆ ਸੀ ਹਰਜੀਤ, ਚਾਰ ਚੰਨ ਲਾਤੇ ਕਬੱਡੀ ਦੀ ਮੈਦਾਨ ਨੂੰ, ਬਾਜੇ ਖਾਨੇ ਜੰਮਿਆ ਸੀ ਹਰਜੀਤ, ਚਾਰ ਚੰਨ ਲਾਤੇ ਕਬੱਡੀ ਦੀ ਮੈਦਾਨ ਨੂੰ। ਲੈ ਵੀ ਹੀਰੇ ਨਾ ਜਾਣਾ ਕਲੀ ਪਾ ਦੇ ਸਾਡਾ ਵੀਰ, ਕਲੀ ਵਾਲਾ ਹੀਰਾ ਉਹਨੂੰ ਬੇਨਤੀ ਕਰਾਂਗੇ, ਬਾਈ ਜੀ ਸੈਂਟਰ ਲੈਣ ਦੇ ਉੱਤੇ ਥੋੜ੍ਹੀ ਜਿਹੀ ਕਲੀ ਜਿਹੜੀ ਮੱਧਮ ਪੈ ਗਈ ਹੈ, ਮੇਰਾ ਵੀਰ ਕਲੀ ਪਾਵੇ ਬੜੀ ਮਿਹਰਬਾਨੀ ਹੋਵੇਗੀ। ਲਓ ਸਾਹਮਣੇ ਮੈਦਾਨ ਦੇ ਵਿੱਚ ਇਸ ਵੇਲੇ ਸ਼ੇਰੂ ਕਬੱਡੀ ਪਾਉਂਦਾ ਹੋਇਆ, ਬਹੁਤ ਹੀ ਪਿਆਰਾ ਅੰਦਾਜ਼ ਮੇਰੇ ਵੀਰੇ ਕਬੱਡੀ ਪਾਉਣ ਦਾ ਖਿਡਾਰੀ ਦਾ, ਇਸ ਵੇਲੇ ਪੁਆਇੰਟ ਜਿਹੜਾ ਰੋਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਜੀ ਸੈੱਟ, ਬਹੁਤ ਹੀ ਮੇਰੇ ਵੀਰੋ ਤਕੜਾ ਮੁਕਾਬਲਾ ਇਸ ਵੇਲੇ ਰੋਡੇ ਤੇ ਰਸੀ ਖੁਰ ਦੀਆਂ ਟੀਮਾਂ ਦਾ ਚੱਲਦਾ ਹੋਇਆ। ਨਾਲ ਹੀ ਬੇਨਤੀ ਕਰਾਂਗੇ ਧੰਨਾ ਸ਼ੀਰ ਤੇ ਤਲਵੰਡੀ ਪਗੇਰੀਆਂ, ਜਲਦੀ ਤੋਂ ਜਲਦੀ ਤਿਆਰ ਬਾਰ ਤਿਆਰ ਹੋ ਕੇ ਖਿਡਾਰੀ ਵੀਰੋ ਮੈਦਾਨ ਦੇ ਨੇੜੇ ਆ ਜਾਓ ਮੇਰੇ ਵੀਰੋ, ਤੇ ਕਬੱਡੀ ਓਪਨ ਜਿੰਨੀਆਂ ਵੀ ਕਲੱਬਾਂ ਇੱਥੇ ਪਹੁੰਚੀਆਂ, ਜਲਦੀ ਤੋਂ ਜਲਦੀ ਸਾਰੇ ਖਿਡਾਰੀ ਵੀਰ ਆਪੋ ਆਪਣੀਆਂ ਟੀਮਾਂ ਦੇ ਨਾਮ ਬਾਈ ਜੀ ਐਂਟਰ ਕਰਵਾਓ। ਜਿੰਨੇ ਵੀ ਕਬੱਡੀ ਓਪਨ ਦੇ ਖਿਡਾਰੀ ਆਪਣੀਆਂ ਟੀਮਾਂ ਲੈ ਕੇ ਇੱਥੇ ਆਏ ਨੇ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਮੇਂ ਦੀ ਕਦਰ ਕਰੀਏ, ਟਾਈਆਂ ਜਿਹੜੀਆਂ ਬਾਈ ਜੀ ਤਿਆਰ ਅਸੀਂ ਕਰ ਰਹੇ ਹਾਂ, ਤੇ ਜਲਦੀ ਤੋਂ ਜਲਦੀ ਆਪੋ ਆਪਣੀਆਂ ਟੀਮਾਂ ਦੇ ਨਾਂ ਐਂਟਰ ਕਰਵਾਓ। ਲਓ ਪੁਆਇੰਟ ਜਿਹੜਾ ਫਿਰ ਮੇਰੇ ਵੀਰੋ ਚੜ੍ਹਦਾ ਹੋਇਆ ਇਸ ਵੇਲੇ ਧਾਵੀ ਦੇ ਹਿੱਸੇ ਕਿ ਦਾਤਾ ਤੇ ਭਗਤ ਸੂਰਮੇ ਜਿਉਂਦੇ ਜਗ ਰਹਿੰਦੇ ਨੇ, ਮੜੀਆਂ ਤੇ ਮੇਲੇ ਲੱਗਦੇ ਲੋਕੀ ਨੌ ਲੈਂਦੇ ਨੇ, ਲਾਗੇ ਰਹਿਗੇ ਸ਼ਹੀਦੋ ਕੀ ਚਿਤਾਉ ਪਰ ਹਰ ਬਾਸ ਮੇਲੇ, ਵਤਨ ਪਰ ਮਿਟਨੇ ਵਾਲੋ ਕਾ ਇਹੀ ਬਾਕੀ ਨਿਸ਼ਾ ਹੋਗਾ। ਉੱਧਰ ਮੇਰੇ ਸਾਥੀ ਬੁਲਾਰੇ ਬਾਈ ਸਖਚੈਨ ਚੋਟੀਆਂ ਤੇ ਉਹਨਾਂ ਦੇ ਨਾਲ ਬਾਈ ਦਿਲਬਾਗ ਬਰਾੜ ਗੱਜਣ ਵਾਲਾ,
ਸਾਡਾ ਵੀਰ ਜਿਹੜੀਆਂ ਮੇਰੇ ਨਾਲ ਮੇਰੇ ਵੀਰ ਆਪਣੀਆਂ ਸਲਾਹਾਂ ਦੇਣਗੇ। ਇਹ ਬਾਈ ਜਿਹੜੇ ਗੱਜਣ ਵਾਲੇ ਦੇ ਕਮੈਂਟਰ ਨੇ, ਮੁੰਦਰੀਆਂ ਵਾਲੇ ਕਮੈਂਟਰ ਵੱਜਦੇ ਬਾਈ ਜੀ, ਦਰਸ਼ਕ ਵੀਰੋ ਤੁਹਾਨੂੰ ਦੱਸ ਦਈਏ ਗੱਜਣ ਵਾਲੇ ਦੇ ਵੀ ਬੈਠੇ ਹੋਣਗੇ। ਇਹ ਦਲਬਾਗ ਬਰਾੜ ਬਾਈ ਜੀ ਮੁੰਦਰੀਆਂ ਵਾਲਾ ਵੱਜਦਾ ਵੀਰੇ, ਮੁੰਦਰੀਆਂ ਦੇ ਨਾਲ ਬਾਈ ਪਾਲ ਬਰਾੜ ਸਾਹਿਬ ਨੇ ਇਹਨਾਂ ਦਾ ਸਨਮਾਨ ਕੀਤਾ। ਲਓ ਜੀ ਅਗਲੀ ਕਬੱਡੀ ਸ਼ੇਰੂ ਪਾਉਂਦਾ ਹੋਇਆ ਇਸ ਵੇਲੇ ਮੈਦਾਨ ਦੇ ਵਿੱਚ ਮੇਰੇ ਵੀਰੇ, ਨਾਲ ਹੀ ਬਾਈ ਦਲਬਾਗ ਜੀ ਆ ਜਾਓ ਮੇਰੇ ਵੀਰ ਗਰਾਊਂਡ ਦੇ ਵਿੱਚ, ਤੇ ਸਾਹਮਣੇ ਸ਼ੇਰੂ ਕਬੱਡੀ ਪਾਉਂਦਾ ਹੋਇਆ। ਆਹ ਖਿਡਾਰੀ ਦਾ ਜੱਦੀ ਪਿੰਡ ਦਸ਼ਕਿਰੋ ਆਲਮ ਵਾਲਾ, ਜਿੱਥੋਂ ਦਾ ਨਛੱਤਰ ਢਾਂਡੀ, ਬਹੁਤ ਤਕੜੀ ਕਬੱਡੀ ਖੇਡਿਆ ਕਿਤੇ ਮੇਰੇ ਵੀਰੋ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਲੋਂ ਉਹ ਖਿਡਾਰੀ ਜਾਣਿਆ ਜਾਂਦਾ ਸੀ ਨਛੱਤਰ ਢਾਂਡੀ, ਅੱਜ ਕੱਲ੍ਹ ਪੱਕੇ ਤੌਰ 'ਤੇ ਕੈਨੇਡਾ ਦੇ ਵਿੱਚ ਵੱਸ ਗਿਆ ਇੰਗਲੈਂਡ ਦੀ ਧਰਤੀ 'ਤੇ। ਨਛੱਤਰ ਢਾਂਡੀ ਮੇਰੇ ਵੀਰੋ ਜੂ ਕੇ ਇੰਗਲੈਂਡ ਦੇ ਵਿੱਚ ਜਾ ਵੱਸਿਆ। ਤਰਸੇਮ ਕਿੱਧਰ ਆ ਪੁਆਇੰਟ ਦੱਸੀ ਵੀਰੇ, ਪੁਆਇੰਟ ਬਾਜੀ ਰੇਡਰ ਦੇ ਹਿੱਸੇ, ਪੁਆਇੰਟ ਰੋਡਿਆਂ ਦੇ ਹਿੱਸੇ ਜੁੜਦਾ ਹੋਇਆ। ਗੁੱਡ ਜੱਜਮੈਂਟ ਰੈਫਰੀ ਦਾ ਫੈਸਲਾ ਟੱਲ ਹੋਵੇਗਾ, ਕਿਹਦਾ ਕਿਹਦਾ ਪੁਆਇੰਟ ਕਿਹਦੇ ਪੱਲ ਹੋਵੇਗਾ। ਸੋਹਣੇ ਗੁੰਦੇ ਹੋਏ ਸਰੀਰ ਮੇਰੇ ਵੀਰੋ ਖਿਡਾਰੀਆਂ ਦੇ, ਭੁੱਖ ਲਹਿੰਦੀ ਆ ਤਾਕੇ ਜੁੱਸੇ ਇਹਨਾਂ ਨੌਜਵਾਨਾਂ ਦੇ, ਕਿ ਫੁੱਲ ਦੇਖੇ ਸੋਹਣੇ ਕੰਡਿਆਂ ਨਾਲ ਲੱਗੇ, ਮੈਂ ਕਿ ਦੇਖੀ ਨੀ ਕਿਤੇ ਗੁਲਾਬ ਵਰਗੀ, ਵਤਨ ਸੋਹਣੇ ਹੋਣਗੇ ਮੇਰੇ ਵਤਨ ਨਾਲੋਂ, ਮਿੱਟੀ ਦੇਖੀ ਨੀ ਕਿਤੇ ਪੰਜਾਬ ਵਰਗੀ, ਤਾਜ ਮਹਿਲ ਵਰਗਾ ਨਾ ਦੇਖਿਆ ਮਹਿਲ ਕੋਈ, ਬਿੰਦਰ ਲਹਿਰ ਦੇਖੀ ਨੀ ਰਾਵੀ ਤੇ ਝਨਾ ਵਰਗੀ, ਤਾਜ ਮਹਿਲ ਵਰਗਾ ਨਾ ਦੇਖਿਆ ਮਹਿਲ ਕੋਈ, ਫੁੱਲ ਦੇਖੇ ਸੋਹਣੇ ਕੰਡਿਆਂ ਨਾਲ ਲੱਗੇ, ਤੇ ਮਹਿਕ ਦੇਖੀ ਨੀ ਕਿਤੇ ਗੁਲਾਬ ਵਰਗੇ। ਲਓ ਫੁੱਲਾਂ ਵਰਗੇ ਖਿਡਾਰੀ ਅੱਜ ਸੁਗੰਧੀਆਂ ਮੇਰੇ ਵੀਰੋ ਖਿਲਾਰਦੇ ਹੋਏ ਮੈਦਾਨ ਦੇ ਵਿੱਚ। ਲਓ ਮਨਪ੍ਰੀਤ ਰੋਡਿਆਂ ਦਾ ਪਾ ਕਬੱਡੀ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਪੁਆਇੰਟ ਮੇਰੇ ਵੀਰੋ ਰੋਡਿਆਂ ਦੇ ਹਿੱਸੇ ਜੋੜਦਾ ਹੋਇਆ, ਤਾਵੀ ਰਸੀ ਵਾਲਿਆ ਵਰਿੰਦਰ ਕਬੱਡੀ ਨੌਜਵਾਨਾਂ। ਲਓ ਰਵਿੰਦਰ ਸਿੰਘ ਮੇਰੇ ਵੀਰੋ ਇਸ ਵੇਲੇ ਰਸੀ ਖੁਰਦ ਵਾਲਾ ਸਾਹਮਣੇ ਕਬੱਡੀ ਪਾਉਂਦਾ ਹੋਇਆ। ਲਓ ਤੱਕੋ ਦਸ਼ ਵੀਰੋ ਪੈਂਦੀ ਹੋਈ ਰੇਡ ਨੂੰ, ਚਟਾਨਾ ਵਰਗੇ ਚਾਰ ਜਾਫੀ ਰੋਡਿਆਂ ਦੇ ਕਿਹੜਾ ਲਾਉਂਦਾ ਜੱਫਾ, ਇਹ ਸਮੇਂ ਦੀਆਂ ਬਾਤਾਂ ਹੋਣਗੀਆਂ। ਲੈ ਵੀ ਸਦੌੜ ਵਾਲਿਆ ਐਨ ਖਿਲਾਰੀਆਂ ਹੋਈਆਂ ਬਾਹਾਂ ਇਸ ਖਿਡਾਰੀ ਦੀਆਂ, ਝੋਕੇ ਕਬੱਡੀ ਪਾਉਂਦਾ ਹੋਇਆ, ਝੁਕਿਆ ਇਸ ਕਰਕੇ ਆ, ਚੁੱਕਿਆ ਇਸ ਕਰਕੇ ਨੀ ਕਿ ਈਨ ਮੰਨ ਗਿਆ, ਚੁੱਕਿਆ ਇਸ ਕਰਕੇ ਕਿ ਜਾਫੀ ਲੱਤੀ ਨਾ ਲੱਗ ਜਾਵੇ। ਲਓ ਇਸ ਵੇਲੇ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ, ਤੇ ਪੁਆਇੰਟ ਜਿਹੜਾ ਰਸੀ ਖੁਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਪਾ ਵੀ ਨੌਜਵਾਨਾਂ ਕਬੱਡੀ ਖੇਡ ਖੇਡਾਂ ਵਿੱਚੋਂ ਵੱਡੀ, ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਆ ਲਾ ਕੇ ਜਿੱਦ ਜਾਣ ਮਿੱਤਰੋ, ਤੁਹਾਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ। ਲਓ ਇਸ ਵੇਲੇ ਸ਼ੇਰੂ ਆਲਮ ਵਾਲੇ ਪਿੰਡ ਦਾ ਕਬੱਡੀ ਪਾਉਂਦਾ ਹੋਇਆ, ਲਓ ਰੋਡਿਆਂ ਦੀ ਟੀਮ ਦੇ ਵੱਲੋਂ ਕਬੱਡੀ ਪਾਈ ਆ, ਤੇ ਰਸੀ ਖੁਰਦ ਨਿਹਾਲ ਸਿੰਘ ਵਾਲਾ ਮੰਡੀ ਦੇ ਏਰੀਏ ਦੇ ਖਿਡਾਰੀ। ਲਓ ਚਾਰ ਜਾਫੀ ਇੱਕ ਪਾਸੇ, ਸ਼ੇਰੂ ਕਬੱਡੀ ਪਾਉਂਦਾ ਹੋਇਆ, ਤੇ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ, ਪੁਆਇੰਟ ਰੋਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਪਾ ਵੀ ਨੌਜਵਾਨਾਂ ਕਬੱਡੀ, ਲਓ ਅਗਲੀ ਰੇਡ ਮੇਰੇ ਵੀਰੋ ਇਸ ਵੇਲੇ ਰਵਿੰਦਰ ਸਿੰਘ ਰਸੀ ਵਾਲਾ ਪਾਉਂਦਾ ਹੋਇਆ ਕਬੱਡੀ ਸਾਹਮਣੇ, ਵੇਖਾਂਗੇ ਵੀ ਇੱਕ ਪਾਸੇ ਜੰਟਾ ਤੇ ਨਾਲ ਮੇਰੇ ਵੀਰੋ ਪ੍ਰੀਤ ਰੋਡਿਆਂ ਦਾ। ਲਓ ਚਾਰ ਜਾਫੀ ਸਾਹਮਣੇ ਇਸ ਵੇਲੇ ਰਵਿੰਦਰ ਕਬੱਡੀ ਪਾਉਂਦਾ ਹੋਇਆ, ਕੀ ਫੈਸਲਾ ਵੀ ਰੁਪਿੰਦਰ ਦੱਸੀ ਨੌਜਵਾਨਾਂ। ਲਓ ਜੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ, ਪੁਆਇੰਟ ਜਿਹੜਾ ਫਿਰ ਰੋਡਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਬਾਜੀ, ਕਬੱਡੀ ਓਪਨ, ਅਸੀਂ ਟਾਂਜਾ ਕੱਢਣ ਲੱਗੇ ਹਾਂ, ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਜਲਦੀ ਤੋਂ ਜਲਦੀ ਸਾਰੇ ਖਿਡਾਰੀ ਵੀਰ ਆਪੋ ਆਪਣੀਆਂ ਟੀਮਾਂ ਦੇ ਨਾਮ ਬਾਜੀ ਐਂਟਰ ਕਰਾਓ, ਅਸੀਂ ਬਹੁਤ ਹੀ ਜਲਦੀ ਜਿਹੜੇ ਡਰਾ ਕੱਢਣ ਲੱਗੇ ਹਾਂ ਕਬੱਡੀ ਓਪਨ ਦੇ ਮੈਚਾਂ ਦੇ। ਕੋਈ ਵੀ ਖਿਡਾਰੀ ਟੀਮ ਐਂਟਰ ਹੋਣ ਤੋਂ ਰਹਿ ਨਾ ਜਾਵੇ, ਕਿਉਂਕਿ ਟਾਈਮ ਜਿਹੜਾ ਸਮਾਂ ਬਹੁਤ ਜ਼ਿਆਦਾ ਹੋ ਗਿਆ, ਬਹੁਤ ਹੀ ਜਲਦੀ ਜਿਹੜੀਆਂ ਟਾਂਜਾਂ ਕੱਢੀਆਂ ਜਾ ਰਹੀਆਂ ਨੇ, ਜਲਦੀ ਤੋਂ ਜਲਦੀ ਕਬੱਡੀ ਓਪਨ ਦੇ ਖਿਡਾਰੀ ਵੀਰ ਆਪੋ ਆਪਣੀਆਂ ਟੀਮਾਂ ਦੇ ਨਾਲ ਐਂਟਰ ਕਰੋ। ਬਾਈ ਜੀ ਰੈਫਰੀ ਦਾ ਫੈਸਲਾ ਟੱਲ ਵੀਰੇ।
ਰੈਫਰੀ ਦੇ ਨਾਲ ਨਹੀਂ, ਪਿਆਰ ਦੇ ਨਾਲ ਖੜਾ ਵੀਰ, ਗੁੱਸੇ ਨਹੀਂ, ਗਿਲੇ ਨਹੀਂ, ਪਿਆਰ ਨਿੱਤ ਇਕੱਠੇ ਖੇਡਣਾ ਖਿਡਾਰੀ ਵੀਰੋ। ਬਾਕੀ ਬਾਜੀ ਚਕਨਾਈ ਜਿਹੜੀ ਪਹਿਲਾਂ ਚੈੱਕ ਕਰ ਲਿਆ ਕਰੋ। ਬਾਕੀ ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਵੀ ਬੇਨਤੀ ਕਰਦੇ ਹਾਂ, ਸਾਡੇ ਨਗਰ ਪਿੰਡ ਜੈਮਲਾਵਾਲਾ ਵੱਲੋਂ, ਖਿਡਾਰੀ ਵੀਰੋ ਤੁਸੀਂ ਇੱਥੇ ਆਏ ਹੋ ਤੇ ਬਾਈ ਬਣ ਕੇ ਕੋਈ ਚਕਨਾਈ ਵਾਲੀ ਚੀਜ਼ ਲਾ ਕੇ ਗਰਾਊਂਡ ਦੇ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਚਕਨਾਈ ਵਾਲੀਆਂ ਚੀਜ਼ਾਂ ਤੋਂ ਸਖ਼ਤ ਮਨਾਹੀ ਆ। ਲਓ ਸਾਹਮਣੇ ਰਵਿੰਦਰ ਰੱਸੀ ਵਾਲਾ ਕਬੱਡੀ ਪਾਉਂਦਾ ਹੋਇਆ, ਲਓ ਦੇਖੋ ਦਰਸ਼ਕ ਵੀਰੋ ਸਾਹਮਣੇ ਇਸ ਵੇਲੇ ਪਾਈ ਹੋਈ ਉਸ ਨੌਜਵਾਨ ਦੀ ਕਬੱਡੀ, ਚੌਕੇ ਮੇਰੇ ਵੀਰੋ ਚਾਰ ਜਾਫੀ, ਲਓ ਸਾਹਮਣੇ ਪੱਟੀ ਆ ਖੁੱਚ ਤੇ ਲਾਈ ਆ ਤਾਕ, ਤੇ ਨੰਬਰ ਮੇਰੇ ਵੀਰੋ ਜਾਫੀਆਂ ਦਿਸੇ, ਨੰਬਰ ਰੋਡਿਆਂ ਦੀ ਟੀਮ ਦਿਸੇ ਜੁੜਦਾ ਹੋਇਆ। ਲਓ ਬਾਈ ਰਾਜ ਜੀ ਕਰੀਏ ਆਪਾਂ ਪੁਆਇੰਟਾਂ ਦਾ ਲੇਖਾ ਸਾਰੇ ਦਰਸ਼ਕਾਂ ਨਾਲ ਸਾਂਝਾ। ਲਓ ਦਰਸ਼ਕ ਵੀਰੋ ਜਿਹੜਾ ਮੁਕਾਬਲਾ ਹੁਣ ਖੇਡਿਆ ਗਿਆ, ਰੋਡਿਆਂ ਦੀ ਟੀਮ ਦੇ ਨੰਬਰ ਨੇ 21 ਤੇ ਰਸੀਖ ਔਰ ਦੀ ਟੀਮ ਦੇ ਨੰਬਰ ਨੇ 12.5 21 ਪੁਆਇੰਟਾਂ ਦੇ ਨਾਲ ਬਾਈ ਬਖਤੌਰ ਵੀਰੇ ਇਸ ਮੈਚ ਦੇ ਵਿੱਚ ਰੋਡੇ ਜਿੱਤ ਗਏ ਜੀ। ਅਗਲੀ ਗੱਲ ਕਰੇਗਾ ਮੇਰਾ ਵੀਰ ਤਲਵਾਰ ਗੱਜਣ ਵਾਲਾ ਜੀ, ਆਓ ਜੀ ਮੈਚ ਤੇ ਮੇਰਾ ਵੀਰ ਆਵੇਗਾ। ਹਾਂਜੀ ਅਗਲਾ ਮੈਚ ਜਿਹੜਾ ਬਾਈ ਜੀ ਮੰਜੂ ਕਿਤੇ ਵੱਡਾ ਘਰ ਆ ਜਾਓ ਜੀ ਸੈਂਟਰ ਲਾਈਨ ਦੇ ਉੱਤੇ, ਮੰਜੂ ਕੇ ਵਰਸ ਚ ਵੱਡਾ ਘਰ ਤੇ ਨਾਲ ਹੀ ਰੈਫਰਸ਼ਿਪ ਦੀ ਭੂਮਿਕਾ ਮੇਰਾ ਵੱਡਾ ਵੀਰ ਬਾਈ ਕਰਮ ਚੱਕਰ ਪਿੰਡ ਵਾਲਾ ਮੇਰੇ ਵੀਰੋ। ਲੈ ਵੀ ਕਰਮੇ ਬਾਈ ਇੱਕ ਵਾਰੀ ਹੱਥ ਖੜਾ ਕਰਕੇ ਸਾਰੇ ਦਰਸ਼ਕਾਂ ਨਾਲ ਫਤਿਹ ਸਾਂਝੀ ਕਰ ਲਾ ਨੌਜਵਾਨਾਂ। ਇਹ ਨੌਜਵਾਨ ਮੇਰੇ ਵੀਰੋ 1999 ਦੇ ਵਿੱਚ ਪਾਕਿਸਤਾਨ ਦੀ ਧਰਤੀ ਤੇ ਖੇਡਿਆ ਤੇ 2012 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਜਾਣ ਦਾ ਵੀ ਮੌਕਾ ਮਿਲਿਆ ਇਸ ਖਿਡਾਰੀ ਨੂੰ। ਬਹੁਤ ਤਕੜੀ ਕਬੱਡੀ ਖੇਡੀ ਦਰਸ਼ਕ ਵੀਰੋ ਕਰਮੇ ਚੱਕਰ ਦਾ, ਅਸੀਂ ਸਾਡੀ ਸਾਰੀ ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਰਾਓ ਜੀ ਮੁਕਾਬਲਾ ਸ਼ੁਰੂ ਵੱਡਾ ਘਰ ਤੇ ਮੰਜੂ ਕੇ। ਆਓ ਜੀ ਬਾਈ ਦਲਬਾਗ ਬਰਾੜ ਜੀ ਅਗਲੀ ਗੱਲ ਮੈਚ ਤੇ ਸਾਂਝੀ ਕਰਨਗੇ ਜੀ। ਹੈਲੋ, ਨਾਲ ਇੱਕ ਬੇਨਤੀ ਹੈ ਪ੍ਰਬੰਧਕ ਵੀਰਾਂ ਦੀ ਤਰਫੋਂ ਵੀ ਆਹ ਜਿਹੜੀ ਬਲੈਰੋ ਗੱਡੀ ਬਾਈ ਜੀ ਇੱਧਰ ਸਾਡੇ ਕਿਸੇ ਵੀਰ ਦੀ ਖੜੀ ਹੈ, ਇਹ ਗੱਡੀ ਜਿਹੜੀ ਗਰਾਊਂਡ ਤੋਂ ਬਾਹਰਲੀ ਸਾਈਡ ਲੈ ਜਾਓ, ਸੜਕ ਦੇ ਉੱਪਰ ਲਾ ਲਓ, ਇਹਨੂੰ ਹੱਥ ਬੰਨ ਕੇ ਬੇਨਤੀ ਹੈ। ਇਸ ਸਮੇਂ ਮੁਕਾਬਲਾ ਜਿਹੜਾ ਵੱਡੇ ਘਰ ਦੀ ਟੀਮ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਡਿਊਟੀ ਵਾਲੀ ਸਾਈਡ ਹੈ, ਔਰ ਦੂਸਰੇ ਪਾਸੇ ਟੀਮ ਜਿਹੜੀ ਮੱਝੂ ਕੇ ਪਿੰਡ ਦੀ ਹੈ,
ਪਹਿਲਾਂ ਡੇਢ ਪੁਆਇੰਟ ਜਿਹੜਾ ਬਾਬੇ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ। ਲਓ ਇਸ ਸਮੇਂ ਵੱਡਾ ਘਰ ਪਿੰਡ ਕਹਿੰਦੇ ਵੀ ਜੱਗੀ ਵਰਗਿਆਂ ਦਾ, ਵੀਰੂ ਵਰਗਿਆਂ ਦਾ, ਪ੍ਰਸਿੱਧ ਖਿਡਾਰੀਆਂ ਦਾ ਪਿੰਡ ਹੈ। ਇਸ ਸਮੇਂ ਦੇਖਦੇ ਵੀ ਨੌਜਵਾਨ ਕਾਲੂ ਵੱਡੇ ਘਰ ਪਿੰਡ ਦਾ ਕਬੱਡੀ ਪਾ ਰਿਹਾ ਹੈ ਔਰ ਇਸ ਸਮੇਂ ਕਾਲੇ ਦੀ ਕੀਤੀ ਹੋਈ ਕੋਸ਼ਿਸ਼ ਹੈ ਮੱਝੂ ਕੇ ਪਿੰਡ ਜਿਹੜੇ ਬਰਨਾਲੇ ਦਾ ਹੈ ਕਿ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਮੋਟਰ ਮਿੱਤਰਾਂ ਦੀ। ਲਓ ਕਾਲੂ ਇਸ ਸਮੇਂ ਵੱਡੇ ਘਰ ਪਿੰਡ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਚੱਲ ਵੀ ਗੱਭਰੂਆ ਪਾ ਵੀ ਕਬੱਡੀ। ਇੱਧਰਲੇ ਬੰਨੇ ਵੇਖਦੇ ਵੀ ਇਹ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ, ਗਿੱਧੇ ਭੰਗੜੇ ਖੇਡਾਂ ਦੀ ਇੱਥੇ ਇੱਕ ਰੀਤ ਪੁਰਾਣੀ ਹੈ ਕਿ ਗਿੱਧੇ ਭੰਗੜੇ ਖੇਡਾਂ ਦੀ ਇੱਥੇ ਇੱਕ ਰੀਤ ਪੁਰਾਣੀ ਹੈ। ਮਾਲਵੇ ਦੀ ਧਰਤੀ ਹੈ, ਜਿਹੜੇ ਮੋਗੇ ਦਾ ਜੈਮਲ ਵਾਲਾ ਪਿੰਡ ਹੈ, ਗੁਰਦੁਆਰਾ ਸਾਹਿਬ ਦੀਆਂ ਇਹਨਾਂ ਪਾਵਨ ਪਵਿੱਤਰ ਗਰਾਊਂਡਾਂ ਦੇ ਵਿੱਚ ਇਸ ਸਮੇਂ ਚੱਲਦਾ ਹੋਇਆ ਮੁਕਾਬਲਾ ਪੰਜਾਬੀਆਂ ਦੀ ਜਿੰਦ ਜਾਨ ਖੇਡ ਹੈ, ਪੰਜਾਬੀਆਂ ਦੀ ਮਾਂ ਖੀਰ ਕਬੱਡੀ ਦੇ ਬੜੇ ਹੀ ਦਿਲਚਸਪ ਮੁਕਾਬਲੇ ਹੈ। ਅੱਜ ਇਸ ਚੌਥੇ ਵਰੇ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਦਿਨ ਹੈ। ਇਸ ਸਮੇਂ ਦੇਖਦੇ ਵੀ ਨੌਜਵਾਨ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ। ਚਾਰ ਜਾਪੀ ਇਸ ਸਮੇਂ ਮੱਝੂ ਕੇ ਪਿੰਡ ਦੇ ਖੇਡ ਮੈਦਾਨ ਦੇ ਅੰਦਰ ਹੈ। ਨਾਲ ਹੀ ਧੰਨਵਾਦ ਹੈ ਸਾਡੇ ਗੱਬਰ ਸਾਊਂਡ ਸਰਵਿਸ ਵਾਲੇ ਸੱਜਣਾਂ ਦਾ। ਲਓ ਇਸ ਸਮੇਂ ਦੇਖਦੇ ਵੀ ਇੱਕ ਕਹਿੰਦੇ ਜੈਤੋ ਵਾਲਾ ਪ੍ਰਸਿੱਧ ਹੈ, ਇੱਕ ਚੁਗਾਮਾ ਦਾ ਪ੍ਰਸਿੱਧ ਹੈ, ਇੱਕ ਬੂਈਆਂ ਵਾਲੇ ਦਾ। ਪਰ ਆਹ ਵੇਖਦੇ ਵੀ ਮੱਝੂ ਕੇ ਪਿੰਡ ਦਾ ਕੇਵਲ ਸਿੰਘ ਇਸ ਸਮੇਂ ਨਾ ਤਕੜਾ ਜਿਹਾ ਜੱਫਾ ਖੇਡ ਮੈਦਾਨ ਦੇ ਅੰਦਰ ਪੁਆਇੰਟ ਜਿਹੜਾ ਇਸ ਸਮੇਂ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਧੰਨਾ ਸ਼ਹੀਦ ਵਰਸੀ ਤਲਵੰਡੀ ਭੰਗੇਰੀਆਂ ਦੀਆਂ ਟੀਮਾਂ ਨੂੰ ਮੇਰਾ ਸੱਦਾ ਹੈ ਵੀ ਜਲਦੀ ਦੇ ਨਾਲ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਲਾਗੇ ਪੁੱਜ ਜਾਣ। ਧੰਨਾ ਸ਼ਹੀਦ ਵਰਸੀਜ ਤਲਵੰਡੀ ਭੰਗੇਰੀਆਂ। ਲਓ ਨਾਲ ਇੱਕ ਬੇਨਤੀ ਹੈ, ਜਿੰਨੀਆਂ ਵੀ ਟੀਮਾਂ ਜਾਂ ਦਰਸ਼ਕ ਵੀਰ ਇੱਥੇ ਪੁੱਜੇ ਨੇ ਸਾਰੇ ਸੱਜਣਾਂ ਨੂੰ ਬੇਨਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਗੁਰੂ ਕੇ ਟੁੱਟ ਲੰਗਰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਵਰਤਾਏ ਜਾ ਰਹੇ ਹੈ, ਕਿਸੇ ਵੀ ਵੀਰ ਨੇ ਤੁਸੀਂ ਪ੍ਰਸ਼ਾਦਾ ਪਾਣੀ ਛਕਣਾ, ਸਿਰ ਢੱਕ ਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਹੈ। ਔਰ ਨਾਲ ਹੀ ਜਿਹੜੇ ਖਿਡਾਰੀ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਤੁਸੀਂ ਪੂਰੇ ਆਪਣੇ ਕੱਪੜੇ ਪਾ ਕੇ ਫੇਰ ਲੰਗਰ ਦੇ ਵਿੱਚ ਜਾਣਾ ਹੈ। ਇਹ ਬੇਨਤੀ ਹੈ ਇਹ ਸਾਰੇ ਖਿਡਾਰੀ ਵੀਰਾਂ ਨੂੰ ਔਰ ਦਰਸ਼ਕ ਵੀਰਾਂ ਨੂੰ। ਇੱਧਰਲੇ ਬੰਨੇ ਵੇਖਦੇ ਵੀ ਕੇਵਲ ਇਸ ਸਮੇਂ ਮੱਝੂ ਕੇ ਪਿੰਡ ਦਾ ਨੌਜਵਾਨ ਖੇਡ ਮੈਦਾਨ ਦੇ ਅੰਦਰ ਜੱਫਾ ਲਾ ਰਿਹਾ ਹੈ। ਆਪਾਂ ਦੇਖਾਂਗੇ ਵੀ 30 ਸੈਕਿੰਡ ਦੀ ਕਬੱਡੀ ਹੈ, ਕੁਛ ਪਲ ਬੀਤ ਗਏ ਹੈ, ਕੁਛ ਬਾਕੀ ਹੈ, ਸਮਾਂ ਕਿਸ ਖਿਡਾਰੀ ਦਾ ਸਾਥ ਦੇਵੇਗਾ। ਲਓ ਇੱਧਰਲੇ ਬੰਨੇ ਸੰਦੌੜ ਪਿੰਡ ਹੈ, ਰੁਪਿੰਦਰ ਸਿੰਘ ਖੇਡ ਮੈਦਾਨ ਦੇ ਅੰਦਰ ਫੈਸਲਾ ਕਰਦਾ ਹੈ ਵੀ ਪੁਆਇੰਟ ਜਿਹੜਾ ਮੱਝੂ ਕੇ ਦੀ ਟੀਮ ਦਾ ਹੈ। ਤਲਵੰਡੀ ਭੰਗੇਰੀਆਂ ਵਰਸੀ ਚ ਧੰਨੇ ਸ਼ਹੀਦ ਦੀਆਂ ਟੀਮਾਂ, ਤਲਵੰਡੀ ਭੰਗੇਰੀਆਂ ਵਰਸੀ ਚ ਧੰਨਾ ਸ਼ਹੀਦ। ਲਓ ਬਾਬਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ, ਨੌਜਵਾਨ ਦੀ ਪਾਈ ਹੋਈ ਕਬੱਡੀ ਹੈ। ਇਸ ਸਮੇਂ ਦੇਖਦੇ ਕਦੇ ਜਲਾਲ ਦੀਵਾਲ ਦੇ ਬਾਬੇ ਦੀਆਂ ਗੱਲਾਂ, ਕਦੇ ਸ਼ੂਸ਼ਕ ਦਾ ਬਾਬਾ, ਪਰ ਇਸ ਸਮੇਂ ਦੇਖਦੇ ਵੀ ਨੌਜਵਾਨ ਵੱਡੇ ਘਰ ਪਿੰਡ ਦਾ ਪ੍ਰਸਿੱਧ ਖਿਡਾਰੀਆਂ ਦਾ ਪੇਂਡੂ ਇਸ ਸਮੇਂ ਕੋਸ਼ਿਸ਼ ਕਰਦਾ ਹੈ, ਪਰ ਪੁਆਇੰਟ ਜਿਹੜਾ ਇਸ ਸਮੇਂ ਧਾਵੀ ਦੇ ਹਿੱਸੇ ਹੈ। ਲਓ ਕਾਲੂ ਇੱਕ ਕਹਿੰਦੇ ਵੀ ਨੌਜਵਾਨ ਸੈਦੋ ਦਾ ਪ੍ਰਸਿੱਧ ਹੈ, ਇੱਕ ਰਾਜਿਆਣੇ ਦਾ ਹੈ ਤੇ ਰਸੂਲਪੁਰ ਦੇ ਕਾਲੂ ਨੂੰ ਦੁਨੀਆਂ ਜਾਣਦੀ ਹੈ। ਲਓ ਇੱਧਰਲੇ ਬੰਨੇ ਵੇਖਦੇ ਵੀ ਕਾਲੂ ਹੈ, ਸਾਹਮਣੇ ਦੇਖਦੇ ਵੀ ਕੋਸ਼ਿਸ਼ ਨੌਜਵਾਨ ਕਬੱਡੀ ਖਿਡਾਰੀ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਹੈ ਮੱਝੂ ਕੇ ਪਿੰਡ ਦਾ, ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਕਦੇ ਰਸੂਲਪੁਰ ਦੇ ਕਾਲੂ ਨੂੰ ਮਸਤ ਮੌਲਾ ਆਖ ਕੇ ਪੁਕਾਰਿਆ ਜਾਂਦਾ ਹੈ ਕਿ ਮਸਤ ਮੌਲਾ ਆਖ ਕੇ ਜ਼ਮਾਨਾ ਹੈ ਪੁਕਾਰ ਦਾ, ਗੁੰਦਮਾ ਸਰੀਰ ਧਾਵੀ ਤੇਜ ਰਫਤਾਰ ਦਾ, ਰਸੂਲਪੁਰ ਪਿੰਡੇ ਅਤੇ ਗਲ ਵਿੱਚ ਗਾਨੀ ਹੈ। ਕਾਲੂ ਦੀ ਤਾਂ ਯੋਧਿਆ ਹੋਏ ਦੁਨੀਆਂ ਦੀਵਾਨੀ ਹੈ, ਕਾਲੂ ਦੀ ਤਾਂ ਯੋਧਿਆ ਹੋਏ ਦੁਨੀਆਂ ਦੀਵਾਨੀ ਹੈ।
ਕਦੇ ਸੁਪਰ ਸਟਾਰਾਂ ਦੀ ਗੱਲ ਹੈ। ਇਧਰਲੇ ਬੰਨੇ ਵੇਖਦੇ ਵੀ ਕਬੱਡੀ 68 ਕਿਲੋ ਵਰਗ ਦੇ ਚੱਲਦੇ ਹੋਏ ਮੁਕਾਬਲੇ ਹੈ। ਇੱਕ ਪਾਸੇ ਮੱਝੂ ਕੇ ਪਿੰਡ ਦਾ ਗੱਭਰੂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ, ਚੱਲ ਵੀ ਜਵਾਨਾ ਪਾ ਵੀ ਕਬੱਡੀ ਕੀ ਆ ਗਏ ਨੇ ਜਵਾਨ, ਵੇਖੋ ਖਿੱਚ ਕੇ ਤਿਆਰੀਆਂ ਤੇ ਮਿਹਨਤਾਂ ਦੇ ਨਾਲ ਕਿਵੇਂ ਬਾਡੀਆਂ ਸ਼ਿੰਗਾਰੀਆਂ। ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅਤੇ ਅੱਡੀ ਦਾ, ਕੌਡੀ ਤੋਂ ਬਣ ਜੇ ਹੀਰਾ ਜਿਹਨੂੰ ਲੱਗ ਜਿਸ਼ਕ ਕਬੱਡੀ ਦਾ। ਕੇਵਲ ਲਓ ਇਸ ਸਮੇਂ ਕਦੇ ਕੇਵਲ ਚੈਤੋ ਵਾਲਾ ਪ੍ਰਸਿੱਧ ਖਿਡਾਰੀ ਹੈ, ਦੁਨੀਆਂ ਦੇ ਇੰਗਲੈਂਡ ਦੀਆਂ ਵੱਖੋ ਵੱਖ ਕਲੱਬਾਂ ਦੇ ਲਈ ਖੇਡਣ ਦਾ ਮਾਣ ਹੈ, ਪਰ ਆਹ ਦੇਖਦੇ ਵੀ ਮੱਝੂ ਕੇ ਪਿੰਡ ਦਾ ਕੇਵਲ ਸਿੰਘ ਇਸ ਸਮੇਂ ਲਾਹ ਤਕੜਾ ਜਿਹਾ ਜੱਫਾ ਪੁਆਇੰਟ ਜਿਹੜਾ ਆਪਣੀ ਨਗਰ ਦੀ ਟੀਮ ਦੇ ਹਿੱਸੇ ਜੋੜਦਾ ਹੈ। ਲਓ ਬਾਬੇ ਦੀ ਕਬੱਡੀ ਦੇ ਨਾਲ ਆਪਾਂ ਫਿਰ ਜੁੜਦੇ ਹਾਂ। ਧੰਨਵਾਦ ਹੈ ਸਾਰੀ ਹੀ ਪ੍ਰਬੰਧਕ ਕਮੇਟੀ, ਸਾਡੇ ਸੂਬਾ ਸਿੰਘ ਜੀ ਸਰਪੰਚ, ਨਾਲ ਹੀ ਬਾਈ ਬਖਤੌਰ ਸਿੰਘ ਜੀ, ਸਾਡੇ ਵੀਰ ਗੁਰਦੀਪ ਵਰਗੇ ਉਧਰ ਗੁਰਦੀਪ ਡਰਾਈਵਰ ਜੀ, ਸਾਡੇ ਵੀਰ ਪੰਮੇ ਵਰਗੇ, ਸਾਰੇ ਹੀ ਗੋਰੇ ਗਿੱਲ ਵਰਗੇ ਸਤਿਕਾਰਯੋਗ ਵੀਰ ਹੈ। ਔਰ ਉੱਥੇ ਵੱਡੀ ਦੇਰ ਹੈ ਪ੍ਰਵਾਸੀ ਪੰਜਾਬੀ ਭਰਾਵਾਂ ਦੀ, ਸਮੁੱਚੇ ਨਗਰ ਦੀ, ਸਮੁੱਚੀ ਗ੍ਰਾਮ ਪੰਚਾਇਤ ਦੇ ਵੱਡੇ ਉਪਰਾਲੇ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੇ ਲਈ। ਇਧਰਲੇ ਬੰਨੇ ਵੇਖਦੇ ਵੀ ਚੱਕਰ ਪਿੰਡ ਹੈ, ਕਰਮਾ ਦੁਨੀਆਂ ਦਾ ਪ੍ਰਸਿੱਧ ਖਿਡਾਰੀ ਇਸ ਸਮੇਂ ਰੈਫਰਸ਼ਿਪ ਦੀਆਂ ਵੱਡੀਆਂ ਜ਼ਿੰਮੇਵਾਰੀਆਂ, ਔਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੋੜਦਾ ਹੈ। ਚੱਲ ਵੀ ਗੱਭਰੂ ਆ ਭਾਵੀ ਕਬੱਡੀ ਕੀ ਗੱਭਰੂ, ਦੇਸ਼ ਮੇਰੇ ਦੇ ਸੋਹਣੇ, ਚੌੜੀਆਂ ਹਿੱਕਾਂ ਤੇ ਮਨਮੋਹਣੇ, ਜਾਂ ਉਹਦੇ ਵਿੱਚ ਮੈਦਾਨਾਂ ਦੇ, ਫਿਰ ਵੇਖਣ ਵਾਲੇ ਹੁੰਦੇ ਦੋਸਤੋ ਜੌਹਰ ਜਵਾਨਾਂ ਦੇ, ਫਿਰ ਵੇਖਣ ਵਾਲੇ ਹੁੰਦੇ ਦੋਸਤੋ ਜ਼ੋਰ ਜਵਾਨਾਂ ਦੇ। ਅੱਜ ਜਵਾਨਾਂ ਦੇ ਜ਼ੋਰ ਪਰਖੇ ਜਾਂਦੇ ਹੈ ਇਹਨਾਂ ਖੇਡ ਮੈਦਾਨਾਂ ਦੇ ਵਿੱਚ। ਇਸ ਸਮੇਂ ਚੱਲਦਾ ਹੋਇਆ ਮੁਕਾਬਲਾ ਦੋਨੋਂ ਹੀ ਟੀਮਾਂ ਦੇ ਸੁਪਰ ਖਿਡਾਰੀਆਂ ਦੇ ਵਿਚਕਾਰ ਹੈ। ਇਸ ਸਮੇਂ ਫਿਰ ਵੇਖਦੇ ਵੀ ਨੌਜਵਾਨ ਮੱਝੂ ਕੇ ਪਿੰਡ ਦਾ ਬਾਬਾ ਖੇਡ ਮੈਦਾਨ ਦੇ ਅੰਦਰ ਗੁੰਦਵਾਂ ਜਿਹਾ ਸਰੀਰ ਹੈ ਨੌਜਵਾਨ ਕਬੱਡੀ ਖਿਡਾਰੀ ਦਾ, ਲਓ ਚੁੱਕਿਆ ਹੋਇਆ, ਖਿਲਾਰੀਆਂ ਹੋਈਆਂ ਬਾਹਾਂ ਨੇ। ਇਹ ਤਲੇ ਬੰਨੇ 3 ਜਾਫੀ ਹੈ ਵੱਡੇ ਘਰ ਪਿੰਡ ਦੇ, ਲਓ ਸਾਹਮਣੇ ਇਸ ਸਮੇਂ ਕੀਤੀ ਹੋਈ ਕੋਸ਼ਿਸ਼ ਹੈ। ਪਰ ਦੇਖਦੇ ਵੀ ਇੱਕ ਪਾਸੇ ਗੱਭਰੂ ਵੱਡੇ ਘਰ ਦਾ, ਦੂਸਰੇ ਪਾਸੇ ਨੌਜਵਾਨ ਮੱਝੂ ਕੇ ਪਿੰਡ ਦਾ। ਲਓ ਜ਼ਿਲ੍ਹਾ ਮੋਗਾ ਔਰ ਜ਼ਿਲ੍ਹੇ ਬਰਨਾਲੇ ਦੀਆਂ ਟੀਮਾਂ ਦੇ ਵਿਚਕਾਰ ਇਸ ਸਮੇਂ ਤਕੜਾ ਚੱਲਦਾ ਹੋਇਆ ਮੁਕਾਬਲਾ, ਇਹ ਪੰਜਾਬੀਆਂ ਦੀ ਜਿੰਦ ਜਾਨ ਖੇਡ ਹੈ। ਇਸ ਸਮੇਂ ਕਾਲੂ ਦੇਖਦੇ ਵੀ ਨੌਜਵਾਨ ਕਬੱਡੀ ਪਾ ਰਿਹਾ, ਵੱਡਾ ਘਰ ਪਿੰਡ ਹੈ, ਜੱਗੀ ਵਰਗੇ ਨੂੰ ਦੁਨੀਆਂ ਜਾਣਦੀ ਹੈ, ਵੀਰੂ ਵਰਗੇ ਆਪਣੇ ਸਮੇਂ ਦੇ ਸੁਪਰ ਸਟਾਰ ਖਿਡਾਰੀ ਰਹੇ ਹੈ। ਇਧਰਲੇ ਬੰਨੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ, ਰੈਫਰਸ਼ਿਪ ਦੀਆਂ ਜ਼ਿੰਮੇਵਾਰੀਆਂ ਰੁਪਿੰਦਰ ਸੰਦੌੜ ਨਾਲ, ਕਰਮਾ ਚੱਕਰ ਪਿੰਡ ਦਾ ਔਰ ਪੀਲਾ ਗੁੱਜਰ ਵਾਲੀ ਹੈ, ਨਾਲ ਹੀ ਤਰਸੇਮ ਸਿੰਘ ਜੀ ਸੰਦੌੜ ਹੈ, ਡਾਲੇ ਪਿੰਡ ਦਾ ਬੰਟੀ ਪੁੱਜਿਆ ਹੋਇਆ। ਇਧਰਲੇ ਬੰਨੇ ਵੇਖਦੇ ਵੀ ਪਾਈ ਹੋਈ ਕਬੱਡੀ ਹੈ, ਬਾਬਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ, 4 ਜਾਫੀਆਂ ਦੇ ਉੱਪਰ ਇਸ ਸਮੇਂ ਬੋਲਿਆ ਹੋਇਆ ਧਾਵਾ ਹੈ। ਦੇਖਦੇ ਹਾਂ ਵੀ ਇਧਰਲੇ ਬੰਨੇ ਚੱਲਦਾ ਹੋਇਆ ਮੈਚ ਕਬੱਡੀ ਦਾ, ਸਾਹਮਣੇ ਕੀਤੀ ਹੋਈ ਕੋਸ਼ਿਸ਼ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ, ਪੁਆਇੰਟ ਜਿਹੜਾ ਨੌਜਵਾਨ ਖਿਡਾਰੀ ਦਾ ਇਸ ਸਮੇਂ ਧਾਵੀ ਦਾ ਹੈ। ਚੱਲ ਵੀ ਜਵਾਨਾ ਭਾਵੀ ਕਬੱਡੀ, ਇਧਰਲੇ ਬੰਨੇ ਵੇਖਦੇ ਵੀ ਗੋਰਾ ਨਿਸ਼ੋਰ ਰੰਗ ਹੈ, ਲਾਲ ਰੰਗ ਦੀ ਨਿੱਕਰ ਹੈ, ਇਸ ਸਮੇਂ ਸਮੱਦਰ ਜਾਂ ਕੱਦ ਹੈ ਗੱਭਰੂ ਨੌਜਵਾਨ ਦਾ, ਔਰ ਪਾਈ ਹੋਈ ਕਬੱਡੀ ਹੈ। ਉੱਥੇ ਧੰਨਵਾਦ ਕਰਾਂਗੇ ਆਪਾਂ ਸਾਡੇ ਪੰਜਾਬ ਲਾਈਵ 1.com ਵਾਲੇ ਸੱਜਣ, ਜੋ ਕਿ ਪੂਰੀ ਦੁਨੀਆ ਭਾਰਤ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ। ਅੱਜ ਦਾ ਸਾਡਾ ਇਹ ਖੇਡ ਮੇਲਾ ਘਲਕਲਾਂ ਵਾਲੇ ਜਸ ਨੇ ਕੈਮਰਾ ਫੋਕਸ ਕੀਤਾ ਹੋਇਆ ਤੇ ਅੰਕ ਜਿਹੜਾ ਇਸ ਸਮੇਂ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਜਵਾਨਾ ਭਾਵੀ ਕਬੱਡੀ, ਇਸ ਸਮੇਂ ਅਗਲੀ ਕਬੱਡੀ ਜਿਹੜੀ ਮੱਝੂ ਕੇ ਪਿੰਡ ਦੀ ਤਰਫੋਂ, ਨੌਜਵਾਨ ਬਾਬਾ ਇਸ ਸਮੇਂ ਫਿਰ ਖੇਡ ਮੈਦਾਨ ਦੇ ਅੰਦਰ ਵਾਧਾ ਹੋਇਆ, 4 ਜਾਫੀ ਨੇ ਬੁਰਜੀਆਂ ਵਰਗੇ ਗੱਭਰੂ। ਲਓ ਇਧਰਲੇ ਬੰਨੇ ਪੁਆਇੰਟ ਜਿਹੜਾ ਵੱਡੇ ਘਰ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ, ਅਗਲੀ ਕਬੱਡੀ ਇਸ ਸਮੇਂ
ਨੌਜਵਾਨ ਖਿਡਾਰੀ ਇਧਰਲੇ ਬਣੇ ਵੱਡੇ ਘਰ ਪਿੰਡ ਦਾ ਕਬੱਡੀ ਕਬੱਡੀ ਕਰਦਾ ਹੋਇਆ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਇਹ ਲਾਗੇ ਪੂਰਾ ਤਾਣ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਪੰਜਾਬੀਆਂ ਦੀ ਜਿੰਦ ਜਾਨ ਖੇਡ ਹੈ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ ਇਸ ਸਮੇਂ ਪੁਆਇੰਟ ਜਿਹੜਾ ਵੱਡੇ ਘਰ ਦੇ ਨੌਜਵਾਨ ਧਾਵੀ ਦਾ ਹੈ ਬਾਬੇ ਦੀ ਕਬੱਡੀ ਇਸ ਸਮੇਂ ਫਿਰ ਖੇਡ ਮੈਦਾਨ ਦੇ ਅੰਦਰ ਪੈ ਰਹੀ ਹੈ ਇਧਰਲੇ ਬਣੇ ਭਾਈ ਵੀ ਕਬੱਡੀ ਚਾਰ ਜਾਫੀ ਹੈ ਵੱਡਾ ਘਰ ਪਿੰਡ ਹੈ ਇਧਰਲੇ ਬਣੇ ਮਧੂ ਕੇ ਪਿੰਡ ਦਾ ਗੱਭਰੂ ਕਬੱਡੀ ਪਾਉਂਦਾ ਹੋਇਆ ਔਰ ਦੇਖਾਂਗੇ ਵੀ ਕਿਹੜਾ ਗੱਭਰੂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜੇਗਾ ਲਓ ਫੜਿਆ ਹੋਇਆ ਗੁੱਟ ਹੈ ਪਰ ਇਸ ਸਮੇਂ ਪੁਆਇੰਟ ਜਿਹੜਾ ਚੱਕਰ ਪਿੰਡ ਦਾ ਕਰਮਾ ਨੌਜਵਾਨ ਬਿਸਲ ਮਾਰਦਾ ਹੈ ਸੁਰਤਾਲ ਦੇ ਵਿੱਚ ਵੀ ਪੁਆਇੰਟ ਧਾਵੀ ਦਾ ਹੈ ਲਓ ਕਾਲੂ ਇਸ ਸਮੇਂ ਵੱਡੇ ਘਰ ਪਿੰਡ ਦਾ ਨੌਜਵਾਨ ਕਬੱਡੀ ਪਾ ਰਿਹਾ ਹੈ ਲਾਲ ਨਿੱਕਰ ਹੈ ਗੋਡੇ ਦੇ ਉੱਪਰ ਵੇਖਦੇ ਵੀ ਨੀ ਗੈਪ ਹੈ ਕਿਉਂਕਿ ਸੱਟਾਂ ਫੇਟਾਂ ਦੀ ਖੇਡ ਹੈ ਇਧਰਲੇ ਬੰਨੇ ਚੱਲਦਾ ਹੋਇਆ ਮੈਚ ਕਬੱਡੀ ਦਾ ਤੇ ਖੜ ਕੇ ਦੇਖੇ ਕੁੱਲ ਜਮਾਨਾ ਕੌਡੀ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਦੇ ਵਿੱਚ ਜਾਣਾ ਕੌਡੀ ਕੱਪ ਉਹੀ ਜਿੱਤਣਗੇ ਔਰ ਉੱਥੇ ਆਪਾਂ ਧੰਨਵਾਦ ਕਰਾਂਗੇ ਸਾਰੇ ਪ੍ਰਵਾਸੀ ਪੰਜਾਬੀ ਭਰਾਵਾਂ ਦਾ ਸਾਡੇ ਵੀਰ ਲਖਵੀਰ ਸਿੰਘ ਜੀ ਨਾਲ ਹੀ ਸਾਡੇ ਵੀਰ ਸੀਰੇ ਵਰਗੇ ਜਾਂਟੇ ਵਰਗੇ ਔਰ ਨਾਲ ਹੀ ਸਾਡੇ ਵੀਰ ਹਰਦੀਪ ਵਰਗੇ ਇੱਧਰ ਸਾਡੇ ਸੱਜਣ ਕਬੱਡੀ ਲਾਈਵ ਇੱਧਰ ਪੰਜਾਬ ਲਾਈਵ .com ਦੇ ਜ਼ਰੀਏ ਇਹਨਾਂ ਮੈਚਾਂ ਨੂੰ ਤੱਕ ਰਹੇ ਨੇ ਹੋਰ ਵੀ ਜਿੰਨੇ ਵੀ ਸਾਡੇ ਪ੍ਰਵਾਸੀ ਪੰਜਾਬੀ ਵੀਰ ਹੈ ਇਹਨਾਂ ਮੈਚਾਂ ਨੂੰ ਤੱਕ ਰਹੇ ਨੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੁੱਚੇ ਨਗਰ ਵੱਲੋਂ ਸਪੋਰਟਸ ਕਲੱਬ ਤਰਫੋਂ ਔਰ ਇਧਰਲੇ ਬਣੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਪੁਆਇੰਟ ਮਧੂਕਿਆਂ ਦੀ ਟੀਮ ਦਾ ਹੈ ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਲਓ ਇਧਰਲੇ ਬੰਨੇ ਨੌਜਵਾਨ ਕਬੱਡੀ ਖਿਡਾਰੀ ਇਸ ਸਮੇਂ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਇੱਧਰ ਚੱਲਦਾ ਹੋਇਆ ਮੈਚ ਹੈ ਔਰ ਅੱਜ ਕਹਿੰਦੇ ਵੀ ਘਾਲਕਲਾਂ ਦੇ ਸੋਨੇ ਦਾ ਨਾਲ ਹੀ ਭਾਣੇ ਪਿੰਡ ਦੇ ਸ਼ੇਖ ਸਿੰਘ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਹੋਵੇਗਾ ਉੱਥੇ ਬਾਬਾ ਸ਼ਿੰਦਰ ਸਿੰਘ ਜੀ ਔਰ ਸਾਡੇ ਬਾਬਾ ਚਮਕੌਰ ਸਿੰਘ ਜੀ ਇਹਨਾਂ ਵੱਲੋਂ ਮਨਜਿੰਦਰ ਸੀਪਾ ਆਲਮ ਵਾਲਾ ਇੰਟਰਨੈਸ਼ਨਲ ਕਬੱਡੀ ਕੋਚ ਉਹਨਾਂ ਦਾ ਵੀ ਜਿਹੜਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤਾ ਜਾਵੇਗਾ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਜਿੱਥੇ ਸੁਪਰ ਸਟਾਰ ਖਿਡਾਰੀ ਖੇਡਣੇ ਹੈ ਸੁਪਰ ਖਿਡਾਰੀਆਂ ਦੇ ਔਰ ਕੋਚਾਂ ਦੇ ਮਾਣ ਸਨਮਾਨ ਕੀਤੇ ਜਾਣੇ ਹੈ ਇਧਰਲੇ ਬੰਨੇ ਪੁਆਇੰਟ ਜਿਹੜਾ ਮਧੂਕਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੈ ਅਗਲਾ ਮੈਚ ਧੰਨਾ ਸ਼ਹੀਦ ਤੇ ਤਲਵੰਡੀ ਭੰਗੇਰੀਆਂ ਦੋਨੋਂ ਟੀਮਾਂ ਖੇਡ ਮੈਦਾਨ ਦੇ ਲਾਗੇ ਪੁੱਜੀਆਂ ਹੋਈਆਂ ਨੇ ਦੋਨੋਂ ਟੀਮਾਂ ਦਾ ਧੰਨਵਾਦ ਕਰਦੇ ਹੈ ਇਧਰਲੇ ਬੰਨੇ ਭਾਈ ਵੀ ਕਬੱਡੀ ਹੈ ਔਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਗੱਭਰੂ ਆ ਭਾਵੀ ਕਬੱਡੀ ਲਓ ਅਗਲੀ ਕਬੱਡੀ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਬਾਬਾ ਫਿਰ ਇਸ ਸਮੇਂ ਮਜੂ ਕੇ ਪਿੰਡ ਦਾ ਖੇਡ ਮੈਦਾਨ ਦੇ ਅੰਦਰ ਵਾਧਾ ਹੋਇਆ ਇਧਰਲੇ ਬੰਨੇ ਪਾਈ ਹੋਈ ਕਬੱਡੀ ਹੈ ਕਿ ਸ਼ੀਸ਼ੇ ਮੂਹਰੇ ਹਿੱਕ ਨੂੰ ਹਰੇਕ ਤਨ ਦਾ ਸ਼ੀਸ਼ੇ ਮੂਹਰੇ ਹਿੱਕ ਨੂੰ ਹਰੇਕ ਤਨ ਦਾ ਤੇ ਦਾਰਾ ਸਿੰਘ ਘਰ ਚ ਹਰੇਕ ਬਣਦਾ ਗਰਾਊਂਡ ਵਿੱਚ ਪੈਂਦਾ ਜਦੋਂ ਵਾਹ ਯੋਧਿਆ ਲੈਂਦੇ ਆ ਬਗਾਨੇ ਪੁੱਤ ਢਾ ਯੋਧਿਆ ਤੇ ਚਾਹੀਦੀ ਫਲਾਤ ਜਿਹੀ ਹੱਡੀ ਲੰਘੇ ਆਣੀਆਂ ਸੌਖੀ ਨੀ ਉਹ ਖੇਡਣੀ ਕਬੱਡੀ ਲੰਘੇ ਆਣੀਆਂ ਸੌਖੀ ਨੀ ਉਹ ਖੇਡਣੀ ਕਬੱਡੀ ਲੰਘੇ ਆਣੀਆਂ ਕਿਉਂਕਿ ਸੌਖਾ ਕੰਮ ਨੀ ਕਬੱਡੀ ਖੇਡਣਾ ਸੌਖਾ ਨਿਗਾ ਦੁਨੀਆਂ ਤੇ ਨਾਮ ਕਮਾਉਣਾ ਇਧਰਲੇ ਬੰਨੇ ਕਾਲੂ ਹੈ ਇੱਕ ਪਾਸੇ ਨੌਜਵਾਨ ਵੱਡੇ ਘਰ ਪਿੰਡ ਦਾ ਪਰ ਦੂਸਰੇ ਪਾਸੇ ਗੱਭਰੂ ਮੱਝੂ ਕੇ ਪਿੰਡ ਦਾ ਇਸ ਸਮੇਂ ਤੇ ਕਾਲੂ ਇਸ ਸਮੇਂ ਨੱਚਦਾ ਹੈ ਟੱਪਦਾ ਹੈ ਵੀ ਹੱਦਾਂ ਵੀ ਟੱਪਣੀਆਂ ਸਰਹੱਦਾਂ ਵੀ ਟੱਪਣੀਆਂ ਟੱਪਣ ਵੀ ਕਿਉਂ ਨਾ ਕਿਉਂਕਿ ਖਾਧੀਆਂ ਹੋਈਆਂ ਖਾਦ ਖੁਰਾਕਾਂ ਦਾ ਮੁੱਲ ਹੈ ਕੀਤੀਆਂ ਮਿਹਨਤਾਂ ਦੇ ਮੁੱਲ ਮਿਲਦੇ ਹੈ ਅੱਜ ਵੱਡੇ ਉਪਰਾਲੇ ਹੈ ਸਮੁੱਚੇ ਨਗਰ ਦੇ ਗ੍ਰਾਮ ਪੰਚਾਇਤ ਦੇ NRI ਵੀਰਾਂ ਦੇ ਸਾਰੇ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਵੱਡੇ ਉਪਰਾਲੇ ਹੈ ਖੇਡ ਦੇ ਇਸ ਸਮੇਂ ਕਬੱਡੀ ਦੇ ਇਧਰਲੇ ਬੰਨੇ ਕੀਤੀ ਹੋਈ ਕੋਸ਼ਿਸ਼ ਹੈ
ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਧਰਲੇ ਬੰਨੇ ਪੁਆਇੰਟ ਮਜੂਕਿਆਂ ਦੀ ਟੀਮ ਦਾ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ, ਇਸ ਸਮੇਂ ਫਿਰ ਕਬੱਡੀ ਪੈਂਦੀ ਹੈ। ਨੌਜਵਾਨ ਵੱਡੇ ਘਰ ਪਿੰਡ ਦਾ ਗੋਰੇ ਨਿਸ਼ੋਰੇ ਰੰਗ ਦੇ ਵਿੱਚ ਕਬੱਡੀ ਪਾ ਰਿਹਾ। ਧੰਨਵਾਦ ਹੈ ਸਾਡੇ ਗੱਬਰ ਸਾਊਂਡ ਸਰਵ ਸੁਮਰੀਆਣਾ ਜਿਨ੍ਹਾਂ ਦੀਆਂ ਵੱਡੀਆਂ ਸੇਵਾਵਾਂ ਅੱਜ ਦੇ ਖੇਡ ਮੇਲੇ ਦੇ ਲਈ। ਔਰ ਉਧਰ ਸਾਡੇ ਸਟੂਡੀਓ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ। ਇਧਰਲੇ ਬੰਨੇ ਦੇਖਦੇ ਵੀ ਚੱਲਦਾ ਹੋਇਆ ਮੈਚ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਗੱਭਰੂਆ ਪਾ ਵੀ ਕਬੱਡੀ। ਇਧਰਲੇ ਬੰਨੇ ਬਾਬਾ ਨੌਜਵਾਨ ਮੱਝੂ ਕੇ ਪਿੰਡ ਦਾ ਜ਼ਿਲ੍ਹੇ ਬਰਨਾਲੇ ਦਾ ਪ੍ਰਸਿੱਧ ਪਿੰਡ ਹੈ, ਇਧਰਲੇ ਬੰਨੇ ਕਬੱਡੀ ਪਾ ਰਿਹਾ ਹੈ ਨੌਜਵਾਨ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਮੱਝੂ ਕੇ ਵਾਲਾ ਬਾਬਾ ਇਸ ਸਮੇਂ। ਔਰ ਦੂਸਰੇ ਪਾਸੇ ਵੱਡੇ ਘਰ ਪਿੰਡ ਦੇ ਤਿੰਨ ਨੌਜਵਾਨ ਜਾਫੀ ਹੈ, ਇੱਕ ਅਲੀ ਤੇ ਸਿੰਘ ਸਰਦਾਰ ਹੈ, ਪਰ ਇਧਰਲੇ ਬੰਨੇ ਕਾਲੇ ਰੰਗ ਦੀ ਨਿੱਕਰ ਦੇ ਵਿੱਚ ਹਰੀਆਂ ਧਾਰੀਆਂ ਹੈ। ਲਓ ਸਾਹਮਣੇ ਦੇਖਦੇ ਵੀ ਹੁੰਦੀ ਹੋਈ ਟੱਕਰ ਹੈ, ਵਾਹ ਨਹੀਂ ਰੀਸਾਂ, ਇਧਰਲੇ ਬੰਨੇ ਲੱਗਿਆ ਹੋਇਆ ਜ਼ੋਰ ਜਵਾਨਾਂ ਦਾ ਤੇ ਖੜ ਕੇ ਦੇਖੇ ਕੁੱਲ ਜਵਾਨਾਂ, ਕੌਡੀ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਦੇ ਵਿੱਚ ਜਾਨਾਂ, ਕਬੱਡੀ ਕੱਪ ਉਹੀ ਜਿੱਤਣਗੇ। ਲਓ ਦੇਖਣਾ ਵੀ ਅੱਜ ਕਿਹਦੇ ਡੌਲਿਆਂ ਪੱਟਾਂ ਵਿੱਚ ਜਾਨਾ ਹੈ। ਇਧਰਲੇ ਬੰਨੇ ਪਾਈ ਹੋਈ ਕਬੱਡੀ ਹੈ ਕਿ ਕਈਆਂ ਦਾ ਤਾਂ ਲੈਂਦਾ ਨੀ ਸਾਰਾ ਦਿਨ ਹੀ ਪਾਲਾ ਤੇ ਨਾਮ ਜੱਗ ਤੇ ਬਣਾਉਣਾ ਨੀ ਸੁਖਾਲਾ, ਨਾਮ ਜੱਗ ਤੇ ਬਣਾਉਣਾ ਨੀ ਸੁਖਾਲਾ। ਸੌਖਾ ਕੰਮ ਨੀ ਕਬੱਡੀ ਖੇਡਣਾ, ਸੌਖਾ ਨੀ ਸੱਥਾਂ ਦੇ ਵਿੱਚ ਗੱਲਾਂ ਕਰਵਾਉਣੀਆਂ। ਆਹ ਵੇਖਦੇ ਵੀ ਰੱਖਿਆ ਧੌਣ ਤੇ ਹੱਥ ਘੱਲਾਂ ਦੇ ਪਿੰਦਰ ਤੇ ਵਾਂਗ। ਲਓ ਚੱਲਦਾ ਹੋਇਆ ਮੈਚ ਹੈ ਦਰਸ਼ਕ ਵੀਰੋ, ਜੇਕਰ ਮੈਚ ਦਾ ਸਵਾਦ ਆ ਰਿਹਾ ਦੋਨੋਂ ਟੀਮਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਜੇ ਵਾਕਿਆ ਮੈਚ ਵਧੀਆ ਲੱਗ ਰਿਹਾ ਹੈ। ਇਧਰਲੇ ਬੰਨੇ ਵੇਖਦੇ ਵੀ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਜਾਫੀ ਦਾ ਹੈ ਵੀ ਤੈਨੂੰ ਹਿੱਕ ਦੇ ਜ਼ੋਰ ਨਾਲ ਲੈ ਜਾਣਾ, ਗੱਲ ਛੱਡਣੀ ਨਹੀਂ ਨਸੀਬਾਂ ਤੇ, ਤੈਨੂੰ ਹਿੱਕ ਦੇ ਜ਼ੋਰ ਨਾਲ ਲੈ ਜਾਣਾ ਹੈ। ਲਓ ਇਧਰਲੇ ਬੰਨੇ ਇੱਕ ਜ਼ੋਰ ਦੀ ਕਬੱਡੀ ਹੈ ਇਸ ਸਮੇਂ ਪਾਈ ਹੋਈ ਕਬੱਡੀ। ਨੌਜਵਾਨ ਖਿਡਾਰੀ ਇਧਰਲੇ ਬੰਨੇ ਵਾਧਾ ਹੋਇਆ ਹੈ ਔਰ ਕੀਤੀ ਹੋਈ ਕੋਸ਼ਿਸ਼ ਹੈ। ਸਾਹਮਣੇ ਦੇਖਦੇ ਵੀ ਪੁਆਇੰਟ ਜਿਹੜਾ ਨੌਜਵਾਨ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ, ਇਧਰਲੇ ਬੰਨੇ ਫਿਰ ਕਬੱਡੀ ਪੈਂਦੀ ਹੈ। ਇਸ ਸਮੇਂ ਨੌਜਵਾਨ ਗੱਭਰੂ ਦੇਖਦੇ ਵੀ ਵੱਡੇ ਘਰ ਪਿੰਡ ਦਾ ਸੋ ਛੋਟੀ ਜਿਹੀ ਕੱਦ ਦੇ ਵਿੱਚ ਪਾਈ ਹੋਈ ਕਬੱਡੀ ਹੈ ਔਰ ਦੇਖਦੇ ਵੀ ਹੌਸਲੇ ਬੜੇ ਵੱਡੇ ਹੈ ਇਹਨਾਂ ਕਬੱਡੀ ਖਿਡਾਰੀਆਂ ਦੇ। ਲਓ ਇੱਕ ਪਾਸੇ ਕੇਵਲ ਸਿੰਘ ਹੈ, ਨੌਜਵਾਨ ਨੀਲੇ ਰੰਗ ਦੀ ਨਿੱਕਰ ਦੇ ਵਿੱਚ ਕਰਦਾ ਹੋਇਆ ਕੋਸ਼ਿਸ਼ ਹੈ। ਲਓ ਘੁੰਘਰਾਲੇ ਜੇ ਵਾਲ ਹੈ ਔਰ ਦੇਖਦੇ ਵੀ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਗੱਭਰੂ ਆ ਪਾ ਵੀ ਕਬੱਡੀ, ਇਧਰਲੇ ਬੰਨੇ ਨੌਜਵਾਨ ਦੀ ਫਿਰ ਪਾਈ ਹੋਈ ਕਬੱਡੀ ਦੇ ਨਾਲ ਆਪਾਂ ਜੁੜਦੇ ਹਾਂ। ਚੌਥਾ ਕਬੱਡੀ ਦਾ ਟੂਰਨਾਮੈਂਟ ਹੈ, ਪਿੰਡ ਜੈਮਲ ਵਾਲਾ ਜਿਹੜਾ ਮੋਗੇ ਦਾ ਪ੍ਰਸਿੱਧ ਨਗਰ ਹੈ ਇਸ ਸਮੇਂ ਪਾਈ ਹੋਈ ਕਬੱਡੀ ਔਰ ਸਾਹਮਣੇ ਕੀਤੀ ਹੋਈ ਕੋਸ਼ਿਸ਼ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ। ਲਓ ਕਾਲੂ ਇਸ ਸਮੇਂ ਵੱਡੇ ਘਰ ਪਿੰਡ ਦਾ ਫਿਰ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਔਰ ਦੇਖਦੇ ਵੀ ਕੱਲ੍ਹ ਨੂੰ ਕਬੱਡੀ ਓਪਨ ਦੇ ਮੁਕਾਬਲੇ ਜਿਹੜੇ ਰੌਲੀ ਦੀ ਧਰਤੀ ਤੇ ਹੈ ਇਧਰਲੇ ਬੰਨੇ ਪਾਈ ਹੋਈ ਕਬੱਡੀ ਹੈ। ਖੇਡ ਮੈਦਾਨ ਦੇ ਅੰਦਰ ਕਾਲੂ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਨੌਜਵਾਨ ਖਿਡਾਰੀ ਵੱਡੇ ਘਰ ਪਿੰਡ ਦਾ ਔਰ ਮੱਝੂ ਕੇ ਪਿੰਡ ਦੇ ਚਾਰ ਜਾਫੀ ਹੈ। ਲਓ ਇਸ ਸਮੇਂ ਕੋਸ਼ਿਸ਼ ਕੀਤੀ ਹੈ ਨੌਜਵਾਨ ਨੇ ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ। ਨਾਲ ਹੀ ਆਪਣਾ ਥੱਲੇ ਕੇ ਤੇ ਵੈਰੋ ਕੇ ਦੀਆਂ ਟੀਮਾਂ ਵੀ ਜਿਹੜੀਆਂ ਗਰਾਊਂਡ ਦੇ ਲਾਗੇ ਪੁੱਜ ਜਾਣ, ਵੈਰੋ ਕੇ ਵਰਸੀਜ ਥੱਲੇ ਕੇ ਦੋਨੋਂ ਟੀਮਾਂ ਦੇ ਪਲੇਅਰ ਸਾਹਿਬਾਨਾਂ ਨੂੰ ਬੇਨਤੀ ਹੈ। ਥੱਲੇਕਿਆਂ ਦੀ ਟੀਮ ਕਾਫੀ ਸਮੇਂ ਤੋਂ ਪੁੱਜੀ ਹੋਈ ਹੈ, ਵੈਰੋਕਿਆਂ ਦੀ ਟੀਮ ਦੇ ਖਿਡਾਰੀ ਕਿਧਰੇ ਨਜ਼ਰ ਨਹੀਂ ਆ ਰਹੇ। ਵੈਰੋਕਿਆਂ ਦੀ ਟੀਮ ਦੇ ਪਲੇਅਰਾਂ ਨੂੰ ਬੇਨਤੀ ਹੈ ਜੇਕਰ ਇੱਥੇ ਪੁੱਜੇ ਹੋ ਸਾਡੇ ਨਾਲ ਸੰਪਰਕ ਕਰੋ ਵੈਰੋਕੇ। ਇਸੇ ਨਾਲ ਹੀ ਮੁਕਾਬਲਾ ਜਿਹੜਾ ਸਮਾਪਤ ਹੈ।
ਚੱਲਦੇ ਹੋਏ ਮੁਕਾਬਲੇ ਦੇ ਵਿੱਚ 20.5 ਪੁਆਇੰਟ ਜਿਹੜੇ ਮੱਝੂ ਕਹਿੰਦੇ ਆ ਔਰ ਵੱਡੇ ਘਰ ਦੇ 15 ਪੁਆਇੰਟ ਹੈ। 15-20 ਦੇ ਮੁਕਾਬਲੇ ਮੱਝੂਕਿਆਂ ਦੀ ਟੀਮ ਚੱਲਦੇ ਹੋਏ ਮੈਚ ਦੀ ਜੇਤੂ ਟੀਮ ਹੈ। ਨਾਲ ਹੀ ਬੇਨਤੀ ਹੈ ਜਿਹੜੇ ਸਾਡੇ ਵੀਰਾਂ ਦੀ ਡਿਊਟੀ ਹੈ, ਕਿਰਪਾ ਕਰਕੇ ਰੈਫਰੀ ਸਾਹਿਬਾਨਾਂ ਦੇ ਲਈ ਖੇਡ ਮੈਦਾਨ ਦੇ ਅੰਦਰ ਚਾਹ ਜਿਹੜੀ ਪੁੱਜਦੀ ਕਰ ਦਿਓ, ਜਿਹੜੇ ਵੀਰਾਂ ਦੀ ਡਿਊਟੀ ਹੈ। ਹੁਣ ਆਓ ਜਿਹੜਾ ਮੈਚ ਧੰਨਾ ਸ਼ਹੀਦ ਤੇ ਤਲਵੰਡੀ ਭੰਗੇਰੀਆਂ ਦਾ ਹੈ, ਵੈਰੋਕਿਆਂ ਨੇ ਧੱਲੇਕਿਆਂ ਦੇ ਨਾਲ ਖੇਡਣਾ ਹੈ। ਇਹਨਾਂ ਟੀਮਾਂ ਦੇ ਪਲੇਅਰਾਂ ਨੂੰ ਵੀ ਬੇਨਤੀ ਹੈ ਮੇਰੇ ਵੀਰ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਗੇ ਆ ਜਾਣ, ਵੈਰੋਕੇ ਵਰਸੀ ਜੀ ਧੱਲੇਕੇ। ਹੁਣ ਤਲਵੰਡੀ ਭੰਗੇਰੀਆਂ ਦਾ ਮੁਕਾਬਲਾ ਜਿਹੜਾ ਧੰਨੇ ਸ਼ਹੀਦ ਦੇ ਨਾਲ ਹੈ।